ਅੱਜ ਦਾ ਵਿਸ਼ਾ ਵਿਚਾਰ ਅਧੀਨ ਸੁਖਮਣੀ ਸਾਹਿਬ ਦੀ 14ਵੀਂ ਅਸ਼ਟਪਦੀ ਦੇ ਪਹਿਲੇ 4 ਪਦੇ ਔਰ ਸਲੋਕ ਵਿਚਾਰਨ ਦਾ ਯਤਨ ਕਰਾਂਗੇ। ਸਲੋਕ ਅੰਦਰ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿੰਦੇ ਹੇ ਸੁਰਜਨੋ, ਹੇ ਸਿਆਣੇ ਮਨੁੱਖੋ, ਤੁਸੀਂ ਜਿੱਥੇ ਹੋਰ ਬਹੁਤ ਕੁਝ ਤਜਿਆ, ਬਹੁਤ ਕੁਝ ਛੱਡਿਆ। ਗੁਰਬਾਣੀ ਵਿੱਚ ਤਜੋ ਸ਼ਬਦ ਦਾ ਅਰਥ ਹੈ ਤਿਆਗਣਾ, ਤਿਆਗ ਦੇਣਾ, ਛੱਡ ਦੇਣਾ। ਤਿਆਗ ਜਿਹੜਾ ਸ਼ਬਦ ਹੈ ਅਤੇ ਵੈਰਾਗ, ਇਹ ਇੱਕੋ ਅਵਸਥਾ ਦੇ ਦੋ ਨਾਮ ਹਨ, ਬੜੀ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਣਗੇ। ਤਿਆਗ ਜਿਹੜਾ ਹੈ, ਤਿਆਗ ਕਰਨ ਵਾਲਾ ਥੋੜ੍ਹਾ ਜਿਹਾ ਧੱਕਾ ਕਰਦਾ ਹੈ, ਜ਼ੋਰ ਲਾਉਂਦਾ ਹੈ। ਤਿਆਗ ਸ਼ਬਦ ਗਰਮ ਹੈ, ਤਿਆਗ ਸ਼ਬਦ ਠੰਡਾ ਨਹੀਂ, ਮਿੱਠਾ ਨਹੀਂ ਹੈ। ਤਿਆਗਣਾ ਕਠਿਨ ਹੈ, ਉਹਦੇ ਵਿੱਚ ਹੱਠ ਕੀਤਾ ਜਾਂਦਾ ਹੈ, ਉਹਦੇ ਵਿੱਚ ਮਨ ਤੋਂ ਉਲਟ ਬਗਾਵਤ ਕੀਤੀ ਜਾਂਦੀ, ਉਹਨੂੰ ਕਹਿੰਦੇ ਤਿਆਗ ਕਰਨਾ। ਗਰਮ ਹੈ ਸ਼ਬਦ, ਇਹਦੇ ਨਾਲ ਸਰੀਰ ਦੇ ਵਿੱਚ ਤਾਪ ਪੈਦਾ ਹੁੰਦਾ ਹੈ, ਗਰਦਿਸ਼ ਪੈਦਾ ਹੁੰਦੀ ਹੈ। ਤਪ ਅਤੇ ਤਿਆਗ ਦੋਵੇਂ ਇੱਕੋ ਜਿਹਾ ਸ਼ਬਦ, ਤਪਣਾ। ਜਿੱਥੇ ਸੰਘਰਸ਼ ਹੋਵੇਗਾ ਉੱਥੇ ਸਾਧ ਸੰਗਤ ਦੀ ਤਪਸ਼ ਹੋਵੇਗੀ ਜ਼ਰੂਰ। ਕਹਿੰਦੇ ਤੁਸੀਂ ਜਿੱਥੇ ਹੋਰ ਬਹੁਤ ਕੁਝ ਤਜਿਆ ਹੈ, ਤਿਆਗਿਆ ਹੈ, ਜੋ ਤੁਹਾਡਾ ਮਨ ਚਾਹੁੰਦਾ ਹੈ ਕਿ ਨਾ ਤਿਆਗਾਂ ਨਾ ਛੱਡਾਂ, ਪਰ ਤੁਸੀਂ ਗੁਰੂ ਦੇ ਹੁਕਮ ਅਨੁਸਾਰ ਤਿਆਗ ਦਿੱਤਾ। ਜਿੱਥੇ ਤੁਸੀਂ ਨਸ਼ਾ ਤਿਆਗਿਆ ਹੈ, ਕਹਿੰਦੇ ਸੁਰਜਨੋ, ਹੇ ਸਿਆਣੇ ਮਨੁੱਖੋ, ਜਿੱਥੇ ਤੁਸੀਂ ਹੋਰ ਕਈ ਪ੍ਰਕਾਰ ਦੇ ਸੰਸਾਰ ਦੇ ਉਹ ਰਸ ਤਿਆਗ ਦਿੱਤੇ ਨੇ ਜਿਹੜੇ ਗੁਰੂ ਨੇ ਸਮਝਾਏ ਨੇ, ਉੱਥੇ ਹੁਣ ਇੱਕ ਹੋਰ ਚੀਜ਼ ਨੂੰ ਤਿਆਗ ਦਿਓ, ਉਹਨੂੰ ਕਹਿੰਦੇ ਨੇ ਸਿਆਣਪ। ਤਜੋ ਸਿਆਣਪ ਸੁਰਜਨੋ, ਇਹਨੂੰ ਵੀ ਛਡਾਇਆ ਜਾਂਦਾ ਹੈ, ਜਿਵੇਂ ਸ਼ਰਾਬ ਛਡਾਈ ਜਾਂਦੀ ਹੈ। ਸਿਆਣਪ ਵੀ ਇੱਕ ਸ਼ਰਾਬ ਹੈ, ਜਿਵੇਂ ਸ਼ਰਾਬ ਛਡਾਈ ਜਾਂਦੀ ਹੈ, ਇਵੇਂ ਇੱਥੇ ਸਿਆਣਪ ਵੀ ਛਡਾਈ ਜਾਂਦੀ। ਹੁਣ ਇੱਥੇ ਬੇਨਤੀ ਕਰਾਂ, ਕਈ ਥਾਵਾਂ 'ਤੇ ਸਤਿਗੁਰੂ ਕਹਿੰਦੇ ਨੇ ਸਿਆਣਾ ਬਣ, ਸਿਆਣਪ ਦੀ ਵਰਤੋਂ ਕਰ, ਆਪਣੀ ਮਤ ਦੀ ਵਰਤੋਂ ਕਰ, ਅਕਲੀ ਸਾਹਿਬ ਸੇਵੀ ਹੈ, ਅਕਲ ਦੀ ਵਰਤੋਂ ਕਰ। ਫਿਰ ਕਹਿੰਦੇ ਅਕਲ ਛੱਡ ਦੇ, ਇਹਨੂੰ ਸਮਝਣਾ ਅਤਿ ਜ਼ਰੂਰੀ ਹੈ। ਅਕਲ ਦੀ ਵਰਤੋਂ ਕਿੱਥੇ ਕਰਨੀ, ਸਿਆਣਪ ਦੀ ਵਰਤੋਂ ਕਿੱਥੇ ਕਰਨੀ ਹੈ ਅਤੇ ਕਿੱਥੇ ਇਹਨੂੰ ਤੋੜਨਾ। ਮੈਂ ਇਹਦੀ ਇੱਕ ਛੋਟੀ ਜਿਹੀ ਉਦਾਹਰਨ ਆਪ ਜੀ ਨਾਲ ਸਾਂਝੀ ਕਰਾਂਗਾ, ਤਾਂ ਕਿ ਧਾਰਮਿਕ ਜਗਤ ਦਾ ਇਹ ਬਹੁਮੁੱਲਾ ਵਿਚਾਰ ਆਪ ਜੀ ਦੇ ਮਨ ਵਿੱਚ ਪੂਰੀ ਤਰ੍ਹਾਂ ਫਿੱਟ ਹੋ ਜਾਏ, ਸਮਝ ਆ ਜਾਏ ਕਿ ਇੱਕ ਧਾਰਮਿਕ ਮਨੁੱਖ ਸਿਆਣਪ ਦੀ ਵਰਤੋਂ ਕਰੇ, ਆਪਣੇ ਦਿਮਾਗ ਦੀ ਵਰਤੋਂ ਕਰੇ, ਆਪਣੇ ਧਿਆਨ ਦੀ ਵਰਤੋਂ ਕਰੇ ਇਸ ਕੰਮ ਵਿੱਚ ਜਾਂ ਨਾ ਕਰੇ। ਇਹ ਵੱਖਰੇ ਵੱਖਰੇ ਸਮੇਂ ਦੇ ਉੱਤੇ ਅਧੀਨ ਹੈ ਕਿ ਕਦੋਂ ਅਸੀਂ ਸਿਆਣਪ ਵਰਤਣੀ ਹੈ, ਕਦੋਂ ਇਹਨੂੰ ਛੱਡਣਾ। ਜਿਵੇਂ ਮੈਂ ਉਦਾਹਰਣ ਦੇ ਤੌਰ 'ਤੇ ਬੇਨਤੀ ਕਰਾਂਗਾ, ਇੱਕ ਜ਼ਿਮੀਂਦਾਰ ਫਸਲ ਉਦੋਂ ਬੀਜਦਾ ਜਦੋਂ ਜ਼ਮੀਨ ਵੱਤਰ ਵਿੱਚ ਹੋਵੇ। ਗੁਰੂ ਰਾਮਦਾਸ ਕਹਿੰਦੇ ਵੀ ਨੇ, ਹੁਣ ਵੱਤੈ ਹਰ ਨਾਮ ਨਾ ਬੀਜਿਓ, ਹੁਣ ਵੱਤਰ ਏ ਹੁਣ ਤੂੰ ਬੀਜ ਨਾਮ। ਵੱਤਰ ਦਾ ਮਤਲਬ ਤੁਸੀਂ ਸਮਝੋਗੇ, ਵੱਤਰ ਸ਼ਬਦ ਜਿਹੜਾ ਹੈ, ਜਦੋਂ ਜ਼ਿਮੀਂਦਾਰ ਨੇ ਫਸਲ ਬੀਜਣੀ ਹੋਵੇ, ਮੱਕੀ ਕਣਕ ਆਦਿ, ਅਤੇ ਉਹਦਾ ਖੇਤ ਸੁੱਕਾ ਹੋਵੇ, ਪਹਿਲਾਂ ਉਹਨੂੰ ਪਾਣੀ ਨਾਲ ਭਰਦਾ, ਅਤੇ ਪਾਣੀ ਨਾਲ ਭਰਿਆ ਉਹ ਚਿੱਕੜ ਅਤੇ ਗਾਰੇ ਵਿੱਚ ਬਦਲ ਜਾਂਦੀ ਸਖਤੀ, ਫਿਰ ਉਹ ਸਹਿਜੇ ਸਹਿਜੇ ਸੁੱਕਦੀ ਜਾਂਦੀ ਹੈ। ਅਤੇ ਇੱਕ ਵਕਤ ਉਸ ਜ਼ਮੀਨ 'ਤੇ ਐਸਾ ਹੁੰਦਾ ਜਦੋਂ ਨਾ ਉਹ ਸਖਤ ਹੁੰਦੀ ਹੈ ਅਤੇ ਨਾ ਉਹ ਗਿੱਲੀ ਹੁੰਦੀ ਹੈ, ਨਾ ਉਹਦੇ ਵਿੱਚ ਧੂੜ ਉੱਡਦੀ ਹੈ ਅਤੇ ਨਾ ਉਹਦੇ ਵਿੱਚ ਗਾਰਾ ਅਤੇ ਮਿੱਟੀ ਹੁੰਦੀ। ਉਹਨਾਂ ਦੋਵਾਂ ਦੇ ਵਿਚਕਾਰ ਇੱਕ ਉਹਦੇ ਵਿੱਚ ਨਮੀ ਵੀ ਹੁੰਦੀ ਹੈ ਅਤੇ ਮਿੱਟੀ ਸੁੱਕੀ ਵੀ ਹੁੰਦੀ, ਉਹਨੂੰ ਕਹਿੰਦੇ ਵੱਤਰ ਆ ਗਏ ਜ਼ਮੀਨ। ਇਹ ਹੁਣ ਵੱਤਰ ਨੂੰ ਸਮਝਣਾ ਬੜਾ ਜ਼ਰੂਰੀ, ਅਸੀਂ ਵੱਤਰ ਤੋਂ ਬਿਨਾਂ ਬੀਜ ਦਿੰਦੇ ਹਾਂ।
ਜਾਂ ਤਾਂ ਗਿੱਲਾ ਗਾਰਾ ਹੁੰਦਾ ਉਹਦੇ ਵਿੱਚ ਬੀਜ ਦਿੰਦੇ ਹਾਂ ਜਾਂ ਸੁੱਕੀ ਵਿੱਚ ਬੀਜੀ ਜਾਂਦੇ ਹਾਂ। ਜਿਹਨੂੰ ਵੱਤਰ ਦਾ ਪਤਾ ਨਾ ਲੱਗਾ ਉਹ ਬੜੀ ਵਾਰੀ ਬੀਜੇਗਾ ਅਤੇ ਉੱਗੇਗਾ ਨਹੀਂ। ਹੁਣ ਇੱਥੇ ਧਿਆਨ ਦੇਣਾ, ਮੈਂ ਸਿਆਣਪ ਦੀ ਸਿਰਫ ਥੋੜ੍ਹੀ ਜਿਹੀ ਗੱਲ ਕਰਾਂਗਾ ਵੀ ਸਿਆਣਪ ਦੀ ਲੋੜ ਹੈ ਕਿ ਨਹੀਂ ਧਰਮ ਦੇ ਜਗਤ ਵਿੱਚ, ਜ਼ਰੂਰ ਲੋੜ ਹੈ। ਆਦਮੀ ਨੂੰ ਕਿਤੇ ਨਾ ਕਿਤੇ ਸਮਝਣਾ ਪਏਗਾ। ਗੁਰੂ ਗ੍ਰੰਥ ਸਾਹਿਬ ਵਾਰ ਵਾਰ ਕਹਿੰਦੇ ਨੇ ਬਿਖੈ ਬਾਚ ਹਰ ਰਾਚ ਸਮਝ ਮਨ ਬਹੁਰਾ ਰੇ, ਹੇ ਕਮਲੇ ਮਨ ਤੂੰ ਸਮਝਣ ਦਾ ਯਤਨ ਕਰ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅਜ ਹੂੰ ਸਮਝ ਕੱਛ ਬਿਗੜਿਓ ਨਾ ਹਿੰਨ ਭੱਜ ਲੈ ਰਾਮ ਮੁਰਾਰ। ਇੱਥੇ ਫਿਰ ਸਮਝਣ ਦੀ ਗੱਲ ਕਰਦੇ ਨੇ। ਫਿਰ ਸੱਚੇ ਪਾਤਸ਼ਾਹ ਜੀ ਹੋਰ ਕਈ ਥਾਵਾਂ 'ਤੇ ਇਹ ਤਾਕੀਦ ਕਰਨਗੇ, ਇਹ ਹਦਾਇਤ ਕਰਨਗੇ, ਜਿਹਦੇ ਵਿੱਚ ਹਜ਼ੂਰ ਕਹਿੰਦੇ ਨੇ ਮਨ ਜਾਣਤ ਸਭ ਬਾਤ ਜਾਣਤ ਹੀ ਔਗੁਣ ਕਰੈ। ਇਹ ਵੀ ਸਮਝਦਾਰੀ ਦੀ ਗੱਲ ਕੀਤੀ ਗਈ। ਕਈ ਹੋਰ ਥਾਵਾਂ 'ਤੇ ਇਸ ਤਰ੍ਹਾਂ ਦੇ ਬਚਨ ਕਹਿਣਗੇ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬਹੁਤ ਥਾਵਾਂ 'ਤੇ ਇਸ ਮਨ ਨੂੰ ਸਮਝਾਉਂਦੇ ਨੇ ਕਿ ਤੂੰ ਸਮਝਣ ਯੋਗ ਹੈ, ਤੂੰ ਆਪਣੀ ਸਿਆਣਪ ਦੀ ਵਰਤੋਂ ਕਰ। ਪਰ ਅੱਜ ਇਹਦੇ ਬਿਲਕੁਲ ਵਿਰੋਧ ਵਿੱਚ ਕਿਹਾ ਗੁਰੂ ਅਰਜਨ ਦੇਵ ਜੀ ਨੇ, ਕਹਿੰਦੇ ਤਜੋ ਸਿਆਣਪ ਸੁਰਜਨੋ, ਸਿਆਣਪ ਨੂੰ ਛੱਡੋ। ਹੁਣ ਮੈਂ ਉਦਾਹਰਨ ਸਾਂਝੀ ਕਰਾਂਗਾ ਕਿੱਥੇ ਛੱਡਣੀ ਸਿਆਣਪ। ਸਾਡੀ ਜਿਹੜੀ ਸੰਸਾਰ ਦੀ ਦਿੱਤੀ ਹੋਈ ਸਿਆਣਪ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਜ਼ਮੀਨ ਬੜੀ ਸਖਤ ਹੋਵੇ, ਉਹਦੇ ਵਿੱਚ ਉੱਗੇਗਾ ਕੀ? ਤਾਂ ਜ਼ਿਮੀਂਦਾਰ ਪਹਿਲਾਂ ਉਹਨੂੰ ਪਾਣੀ ਨਾਲ ਭਰ ਦਿੰਦਾ ਹੈ, ਪਾਣੀ ਨਾਲ ਭਰ ਕੇ ਉਸ ਦੀ ਸਖਤੀ ਤੋੜਦਾ ਹੈ, ਉਹਦੇ ਵਿੱਚ ਗਿੱਲਾਪਣ ਪੈਦਾ ਕਰਦਾ, ਉਹਦੇ ਵਿੱਚ ਨਰਮਾਈ ਪੈਦਾ ਕਰਦਾ। ਪਰ ਉਦੋਂ ਉਹਦੇ ਵਿੱਚ ਫਸਲ ਨਹੀਂ ਬੀਜਦਾ, ਕਿਉਂਕਿ ਇੰਨੀ ਨਰਮਾਈ ਦੇ ਵਿੱਚ ਇੰਨੇ ਗਾਰੇ ਵਿੱਚ ਵੀ ਬੀਜ ਨਹੀਂ ਉੱਗਦਾ, ਉਹ ਉੱਥੇ ਖਰਾਬ ਹੋ ਜਾਂਦਾ। ਇਸੇ ਤਰ੍ਹਾਂ ਪੂਰਾ ਗੁਰੂ ਜਦੋਂ ਸਾਡੇ ਜੀਵਨ ਦੇ ਵੱਲ ਝਾਤੀ ਪਾਉਂਦਾ ਹੈ ਅਤੇ ਉਹ ਸਾਡੇ ਮਨ ਵੱਲ ਵਹਿੰਦਾ ਹੈ ਅਤੇ ਬੜਾ ਸਖਤ ਪੱਥਰ ਹੈ ਇਹ, ਤਾਂ ਹੰਕਾਰ ਅਤੇ ਸਿਆਣਪ ਨਾਲ ਭਰਿਆ ਪਿਆ, ਨਿਮਰਤਾ ਅਤੇ ਨਵੀਂ ਵੱਤਰ ਤਾਂ ਇਹਦੇ ਮਨ ਵਿੱਚ ਹੈ ਹੀ ਕੋਈ ਨਹੀਂ। ਹੁਣ ਇਹਦੇ ਵਿੱਚ ਨਵੀਂ ਕੋਈ ਨਹੀਂ ਅਤੇ ਬੀਜ ਪਾਇਆ ਖਰਾਬ ਹੋ ਜਾਏਗਾ। ਫਿਰ ਪੂਰਾ ਗੁਰੂ ਕੀ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਸਿੱਖ ਦੇ ਮਨ ਦੇ ਵਿੱਚ ਉਹਦੀ ਸਖਤੀ ਨੂੰ ਤੋੜਨ ਦਾ ਯਤਨ ਕਰਦੇ ਨੇ, ਉਹਨੂੰ ਆਪਣੀ ਬਖਸ਼ਿਸ਼ ਦੇ ਪਾਣੀ ਨਾਲ ਭਰ ਦਿੰਦੇ ਨੇ, ਜਿਵੇਂ ਜ਼ਿਮੀਂਦਾਰ ਆਪਣੇ ਖੇਤ ਨੂੰ ਪੂਰੀ ਤਰ੍ਹਾਂ ਪਾਣੀ ਨਾਲ ਭਰਦਾ ਹੈ। ਉਹਨੂੰ ਕਹਿੰਦੇ ਨੇ ਸਿਆਣਪ ਛੱਡ, ਆਕੜ ਛੱਡ, ਹੰਕਾਰ ਛੱਡ, ਛੱਡ ਦੇ ਆਪਣੀਆਂ ਤਰਕੀਬਾਂ ਸਾਰੀਆਂ। ਇੱਕ ਵਾਰੀ ਤੂੰ ਇੱਥੇ ਆ ਜਾ ਵੀ ਹੱਥ ਖੜੇ ਕਰਕੇ ਕਹਿ ਦੇ ਮੈਨੂੰ ਕੱਖ ਨਹੀਂ ਪਤਾ, ਮੈਨੂੰ ਕੁਝ ਨਹੀਂ ਆਉਂਦਾ। ਇੱਕ ਵਾਰੀ ਗੁਰੂ ਨੇ ਇੱਥੇ ਲਿਆਉਣਾ ਹੁੰਦਾ, ਇੱਕ ਵਾਰੀ ਉਹਦੇ ਅੰਦਰੋਂ ਸਾਰੀਆਂ ਚੀਜ਼ਾਂ ਕੱਢਣੀਆਂ ਹੁੰਦੀਆਂ ਕਿ ਇੱਥੋਂ ਤੱਕ ਸਿੱਖ ਨੂੰ ਲੈ ਕੇ ਜਾਣਾ ਵੀ ਜੇ ਉਹ ਸਹੀ ਕੰਮ ਵੀ ਕਰੇ ਅਤੇ ਗੁਰੂ ਕਵੇ ਤੂੰ ਗਲਤ ਕੀਤਾ ਹੈ, ਉਹ ਸਿੱਧ ਨਾ ਕਰੇ ਅੱਗੋਂ, ਉਹ ਕਵੇ ਨਾ ਕਿ ਮੈਂ ਸਿੱਧ ਠੀਕ ਹਾਂ, ਨਹੀਂ ਉਹ ਮੰਨ ਜਾਏ ਕਿ ਮੈਂ ਗਲਤ ਕੀਤਾ। ਬਾਹਰੋਂ ਨਹੀਂ, ਕੇਵਲ ਸ਼ਬਦੀ ਤੌਰ 'ਤੇ ਨਹੀਂ, ਅੰਦਰੋਂ ਗਹਿਰੇ ਮਨ ਵਿੱਚੋਂ ਮੰਨ ਜਾਏ ਕਿ ਵਾਕਈ ਮੈਂ ਗਲਤ ਕੀਤਾ। ਜਿਵੇਂ ਤੁਸੀਂ ਇਤਿਹਾਸ ਦੀਆਂ ਘਟਨਾਵਾਂ ਵਹਿੰਦੇ ਹੋ, ਗੁਰੂ ਸਾਹਿਬ ਕਹਿੰਦੇ ਸਨ ਭਾਈ ਲਹਿਣੇ ਨੂੰ ਕਈ ਵਾਰੀ ਕਿਹਾ ਵੀ ਰਾਤ ਨੂੰ ਕਿਹਾ ਹੈ ਦਿਨ, ਪਹਿਲਾਂ ਤਾਂ ਸਮਝ ਸ਼ਾਇਦ ਆਈ ਕਿ ਨਾ ਆਈ, ਫਿਰ ਬਾਅਦ ਵਿੱਚ ਪਤਾ ਲੱਗਾ ਵੀ ਰਾਤ ਨੂੰ ਦਿਨ ਹੀ ਕਹਿਣਾ, ਜੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰਾਤ ਨੂੰ ਦਿਨ ਕਹਿਣਾ। ਇਹ ਹੈ ਮਨ ਨੂੰ ਵੱਤਰ ਲਿਆਉਣ ਦੀ ਪ੍ਰਕਿਰਿਆ। ਜਿੰਨਾ ਚਿਰ ਅਸੀਂ ਜੋ ਗੁਰ ਕਹੇ ਸੋਈ ਭਲ ਮਾਨੋ ਦੇ ਕੰਸੈਪਟ 'ਤੇ ਕੰਮ ਨਹੀਂ ਕਰਦੇ, ਖਿਆਲ ਰੱਖਣਾ ਸ਼ੁਰੂ ਸ਼ੁਰੂ ਵਿੱਚ, ਸ਼ੁਰੂ ਸ਼ੁਰੂ ਵਿੱਚ ਇਹ ਵੀ ਨਾ ਵੇਖਣਾ ਵੀ ਠੀਕ ਕੀ ਹੈ ਅਤੇ ਗਲਤ ਕੀ ਹੈ। ਵਿਗਿਆਨਕ ਨਾ ਹੋਣਾ, ਸਿੱਖ ਬਣਨਾ। ਅਸੀਂ ਵਿਗਿਆਨਕ ਨਹੀਂ, ਸਾਇੰਸਦਾਨ ਨਹੀਂ ਹਾਂ, ਸਿੱਖ ਹਾਂ। ਵਿਗਿਆਨ ਅੱਗੇ ਜਾ ਕੇ ਆਏਗਾ ਜਦੋਂ ਅਸੀਂ ਸਿੱਖ ਬਣ ਜਾਵਾਂਗੇ, ਖਿਆਲ ਰੱਖਣਾ। ਵਿਗਿਆਨ ਹੈ ਧਰਮ ਦੇ ਵਿੱਚ। ਅੱਜ ਜਿੰਨਾ ਵਿਗਿਆਨ ਸੰਸਾਰ ਵਿੱਚ, ਇਹ ਸਾਰੇ ਧਾਰਮਿਕ ਪੁਰਸ਼ਾਂ ਦੀ ਪਕੜ ਵਿੱਚ ਪਹਿਲਾਂ ਆ ਚੁੱਕਾ ਹੈ, ਪਰ ਜਦੋਂ ਬੰਦਾ ਆਰੰਭ ਵਿੱਚ ਆਉਂਦਾ ਨਾ ਉਦੋਂ ਵਿਗਿਆਨਕ ਬਣ ਕੇ ਨਾ ਆਵੇ ਵੀ ਸੁਣੀਏ ਭਲਾ ਵਿੱਚੋਂ ਕਿਹੜੀ ਠੀਕ ਹੈ ਅਤੇ ਕਿਹੜੀ ਗਲਤ, ਥੋੜ੍ਹਾ ਜਿਹਾ ਸੁਣ ਕੇ ਫਿਰ ਕਹੀਏ ਹਾਂ ਇਹ ਤਾਂ ਰੋਜ਼ ਹੀ ਕਹਿੰਦੇ ਨੇ ਇਸੇ ਤਰ੍ਹਾਂ ਹੀ ਚੱਲਦਾ, ਉਹ ਵਿਗਿਆਨਕ ਹੈ, ਉਹ ਸਿੱਖ ਨਹੀਂ ਹੁੰਦਾ। ਪਹਿਲਾਂ ਉਹ ਸਿੱਖ ਬਣ ਕੇ ਆਵੇ ਅਤੇ ਜਦੋਂ ਸਿੱਖ ਹੋਏਗਾ ਬਣ ਜਾਏਗਾ ਤਾਂ ਇੱਕ ਵਿਗਿਆਨ ਉਹਨੂੰ ਪਤਾ ਲੱਗ ਜਾਏਗਾ।
ਉਹਦੇ ਵਿੱਚੋਂ ਫਿਰ ਸਿਆਣਪ ਪੈਦਾ ਹੋਵੇਗੀ। ਤਾਂ ਇਸ ਤਰ੍ਹਾਂ ਪਹਿਲਾਂ ਗੁਰੂ ਆਪਣੀ ਬਖਸ਼ਿਸ਼ ਦਾ ਪਾਣੀ ਭਰਦਾ ਸਿੱਖ ਦੇ ਸਖਤ ਮਨ 'ਤੇ, ਉਹਨੂੰ ਕਹਿੰਦਾ ਤੈਨੂੰ ਕੱਖ ਪਤਾ ਨਹੀਂ। ਅਤੇ ਜਦੋਂ ਗੁਰਸਿੱਖ ਅੰਦਰੋਂ ਮੰਨ ਜਾਂਦਾ ਨਾ ਕਿ ਵਾਕਈ ਮੇਰਾ ਗਿਆਨ ਲੰਗੜਾ ਹੈ, ਵਾਕਈ ਮੇਰਾ ਗਿਆਨ ਅੰਧਾ ਹੈ, ਪਿੰਗਲਾ ਹੈ, ਇਹ ਤਾਂ ਦੂਰ ਤੱਕ ਜਾਂਦਾ ਹੀ ਨਹੀਂ, ਉਸ ਵੇਲੇ ਉਹਦੀ ਹਉਮੈ ਟੁੱਟ ਜਾਂਦੀ। ਅਤੇ ਜਦੋਂ ਹਉਮੈ ਟੁੱਟ ਜਾਂਦੀ ਫਿਰ ਮਨ ਵੱਤਰ ਵਿੱਚ ਆ ਜਾਂਦਾ। ਹੁਣ ਉਸ ਵਕਤ ਵੱਤਰ ਵਿੱਚ ਆਏ ਮਨ ਵਿੱਚ ਪੂਰਾ ਗੁਰੂ ਨਾਮ ਦਾ ਬੀਜ ਪਾ ਦਿੰਦਾ। ਫਿਰ ਉਹ ਨਾਮ ਦੇ ਬੀਜ ਨੂੰ ਅੱਗੇ ਪਾਲਣਾ ਹੁੰਦਾ, ਉਦੋਂ ਸਿੱਖ ਦੀ ਸਿਆਣਪ ਕੰਮ ਕਰਦੀ, ਉੱਥੇ ਉਹਨੂੰ ਸਿਆਣਪ ਦੀ ਲੋੜ ਪੈਂਦੀ ਹੈ, ਉਹਨੇ ਵੇਖਣਾ ਹੈ, ਕੋਖਣਾ ਹੈ। ਉੱਥੇ ਜਾ ਕੇ ਉਹ ਮਿਹਨਤ ਕਰਦਾ ਅਤੇ ਫਿਰ ਉਹਦੀ ਜ਼ਿੰਦਗੀ ਵਿੱਚ ਉਹ ਨਾਮ ਦਾ ਬੂਟਾ ਜਿਹੜਾ ਉੱਗਦਾ ਹੈ, ਉਹਨੂੰ ਫਲ ਫੁੱਲ ਲੱਗਦਾ, ਗੁਰੂ ਤੋਂ ਪੁੱਛ ਕੇ ਉਹਦੀ ਪਰਵਰਿਸ਼ ਕਰੀ ਜਾਂਦਾ। ਇੱਥੇ ਜੋ ਗੁਰੂ ਅਰਜਨ ਦੇਵ ਸ਼ੁਰੂ ਵਿੱਚ ਕਹਿੰਦੇ ਨੇ, ਇਹ ਆਰੰਭਕ ਦੁਨੀਆ ਹੈ ਜਿੱਥੇ ਜਾ ਕੇ ਕਹਿੰਦੇ ਸਿਆਣਪ ਨੂੰ ਛੱਡ ਦੇ, ਸਿਆਣਪ ਨੂੰ ਤਿਆਗ, ਬੜਾ ਜ਼ਰੂਰੀ ਹੈ। ਆਪਣੀ ਸਾਰੀ ਚਲਾਕੀ, ਅੰਦਰ ਦਾ ਇਕੱਠਾ ਕੀਤਾ ਹੋਇਆ ਗਿਆਨ ਜੋ ਕਿ ਬਾਹਰੋਂ ਉਧਾਰ ਲਿਆ ਗਿਆ, ਪਰਿਵਾਰ ਵਿੱਚੋਂ, ਸੰਸਾਰ ਵਿੱਚੋਂ, ਸਕੂਲ ਵਿੱਚੋਂ, ਯੂਨੀਵਰਸਿਟੀ ਵਿੱਚੋਂ, ਉਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਗਿਆਨ ਨੇ ਜਿਹੜੇ ਅਧੂਰੇ ਨੇ, ਅੱਧੇ ਨੇ। ਉਹਨਾਂ ਨੂੰ ਇੱਕ ਪਾਸੇ ਰੱਖ ਦੇ, ਸੰਸਾਰ ਦੇ ਗਿਆਨ ਨੂੰ ਇੱਕ ਸਾਈਡ 'ਤੇ ਰੱਖ ਕੇ ਧਰਮ ਦਾ ਗਿਆਨ ਹਾਸਲ ਕਰ, ਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰ, ਫਿਰ ਤੈਨੂੰ ਉਸ ਗਿਆਨ ਜਿਹੜਾ ਸੰਸਾਰ ਦਾ ਹੈ ਉਹਦੀ ਵਰਤੋਂ ਕਰਨ ਦੀ ਵੀ ਜਾਚ ਆ ਜਾਏਗੀ ਕਿਵੇਂ ਕਰਨਾ ਹੈ। ਇਸ ਕਰਕੇ ਪਹਿਲੀ ਜਿਹੜੀ ਇਸ ਮਾਰਗ ਦੇ ਉੱਤੇ ਸਾਧ ਸੰਗਤ ਜੀ ਇੰਟਰੀ ਹੈ ਇਸ ਦੁਨੀਆ ਦੇ ਵਿੱਚ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ, ਇਹਦੀ ਪਹਿਲੀ ਜਿਹੜੀ ਕਲਾਸ ਹੈ ਉਹ ਸਿਆਣਪ ਛੱਡਣ ਤੋਂ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਵਿਅਕਤੀ ਦੀ ਸਿਆਣਪ ਨੂੰ ਭੰਨਿਆ ਜਾਂਦਾ, ਤੋੜਿਆ ਜਾਂਦਾ ਹੈ, ਉਸ ਨੂੰ ਪਾਣੀ ਬਣਾਇਆ ਜਾਂਦਾ ਹੈ। ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਤਾਂ ਜੋ ਹੋ ਸਿਆਣਪ ਸੁਰ ਜਾਣੋ, ਹੇ ਸਿਆਣੇ ਮਨੁੱਖੋ, ਹੇ ਭਲੇ ਪੁਰਸ਼ੋ, ਤੁਸੀਂ ਆਪਣੀ ਸਿਆਣਪ ਨੂੰ ਪਹਿਲਾਂ ਤਿਆਗ ਦਿਓ, ਵਿੱਚੋਂ ਕੱਢ ਦਿਓ, ਮਨ ਨੂੰ ਖਾਲੀ ਕਰੋ, ਪਹਿਲਾਂ ਥਾਂ ਬਣਾਓ ਜਿਹਦੇ ਵਿੱਚ ਬਖਸ਼ਿਸ਼ ਪੈਣੀ ਹੈ, ਅਤੇ ਉਹਦੇ ਤੋਂ ਬਾਅਦ ਕੀ ਕਰੋ। ਕਹਿੰਦੇ ਸਿਮਰੋ ਹਰ ਹਰ ਰਾਏ, ਉਸ ਰਾਜੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਜਿਹੜਾ ਸਿਆਣਪ ਛੱਡ ਕੇ ਕਰੋ, ਐਸੀ ਦਸ਼ਾ ਵਿੱਚ ਕਰੋ। ਇਹ ਜੁਗਤੀ ਦੱਸੀ ਇੱਕ ਪੰਕਤੀ ਵਿੱਚ ਕਿ ਜਦੋਂ ਤੁਸੀਂ ਸਿਮਰਨ ਕਰੋ ਉਦੋਂ ਸਿਆਣਪ ਦੀ ਵਰਤੋਂ ਨਾ ਕਰੋ, ਖਿਆਲ ਰੱਖਣਾ, ਕਿਉਂਕਿ ਅਸੀਂ ਉੱਥੇ ਸਿਆਣਪ ਦੀ ਵਰਤੋਂ ਕਰਦੇ ਰਹਿੰਦੇ ਹਾਂ, ਵਿੱਚ ਪੈਰ ਅੜਾ ਕੇ ਰੱਖਦੇ ਹਾਂ, ਨਾਲੇ ਰਸ ਭਾਲਦੇ ਹਾਂ। ਵੇਖੋ ਵਿਚਾਰਧਾਰਾ ਵਿੱਚ ਰਸ ਕਿੱਥੇ ਆਵੇਗਾ? ਤੁਸੀਂ ਕਦੀ ਵੇਖਿਆ ਹੋਣਾ ਰੱਬ ਦਾ ਰਸ ਤਾਂ ਬੜੀ ਦੂਰ ਹੈ। ਬੜੇ ਸੱਜਣ ਮਿਲਦੇ ਨੇ ਕਹਿੰਦੇ ਅਰਥ ਸਮਝ ਸਮਝ ਕੇ ਪਾਠ ਕਰੀਦਾ, ਰਸ ਨਹੀਂ ਆਉਂਦਾ ਸਮਝ ਸਮਝ ਕੇ। ਮੈਂ ਕਿਹਾ ਵੀ ਪਹਿਲਾਂ ਚੰਗੀ ਤਰ੍ਹਾਂ ਸਮਝ ਲਓ ਅਤੇ ਫਿਰ ਨਿਰਵਿਚਾਰ ਹੋ ਕੇ ਬਾਣੀ ਪੜ੍ਹੋ, ਸਿੱਧੀ ਸਮਝ ਨੂੰ ਥੋੜ੍ਹਾ ਜਿਹਾ ਪਾਸੇ ਰੱਖ ਕੇ ਪੜ੍ਹੋ, ਰਸ ਆਉਣ ਦੀ ਸੰਭਾਵਨਾ ਫਿਰ ਹੈ। ਜਿੱਥੇ ਵਿਚਾਰ ਚੱਲਦੇ ਨੇ ਉੱਥੇ ਰਸ ਦਾ ਕੀ ਕੰਮ? ਤੁਸੀਂ ਕਦੀ ਵੇਖੋ ਸੰਸਾਰ ਵਿੱਚ ਰਸ ਕਦੋਂ ਆਉਂਦਾ? ਜਦੋਂ ਬੰਦੇ ਦੇ ਵਿਚਾਰ ਬੰਦ ਹੁੰਦੇ ਨੇ, ਆਪਾਂ ਪ੍ਰਸ਼ਾਦਾ ਛਕਦੇ ਛਕਦੇ ਜਦੋਂ ਉਹਦੇ ਸਵਾਦ ਵਿੱਚ ਜਾਂਦੇ ਹਾਂ ਨਾ, ਰਸ ਵਿੱਚ, ਉਦੋਂ ਵਿਚਾਰ ਇਕੱਠੇ ਹੋ ਕੇ ਇਕਾਗਰ ਹੋ ਜਾਂਦਾ ਮਨ ਪ੍ਰਸ਼ਾਦੇ ਦੇ ਰਸ 'ਤੇ। ਜਦੋਂ ਉਸ ਰਸ 'ਤੇ ਕੇਂਦਰ 'ਤੇ ਕੇਂਦਰ ਬਿੰਦੂ ਦੇ ਉੱਤੇ ਇਕਾਗਰ ਹੁੰਦਾ ਹੈ ਅਤੇ ਸਵਾਦ ਤਾਂ ਆਉਂਦਾ ਹੈ। ਜੇ ਉਹ ਪ੍ਰਸ਼ਾਦਾ ਛਕਦਿਆਂ ਛਕਦਿਆਂ ਕੋਈ ਵਿਚਾਰ ਆ ਜਾਏ, ਕੋਈ ਚਿੰਤਾ ਜਾਗ ਪਏ, ਤਾਂ ਪ੍ਰਸ਼ਾਦੇ ਦਾ ਰਸ ਨਾਲ ਹੀ ਅਲੋਪ ਹੋ ਗਿਆ। ਇਹ ਤਾਂ ਸੰਸਾਰਿਕ ਰਸ ਹੈ ਨਾ। ਕਿੰਨੇ ਰਸ ਨੇ ਸਰੀਰ ਦੇ, ਜਿੰਨੇ ਰਸ ਨੇ ਨਿਰਵਿਚਾਰ, ਵਿਚਾਰਾਂ ਤੋਂ ਉੱਚੇ ਉੱਠੇ ਆਉਂਦੇ ਨੇ। ਜਿੱਥੇ ਵਿਚਾਰ ਆ ਜਾਣ ਸਰੀਰ ਦਾ ਰਸ ਖਤਮ ਹੋ ਜਾਂਦਾ, ਟੁੱਟ ਜਾਂਦਾ। ਹੁਣ ਮੈਂ ਉਹਨਾਂ ਨੂੰ ਗਿਣਨਾ ਨਹੀਂ ਚਾਹਾਂਗਾ, ਲੰਬਾ ਇੱਕ ਬਣ ਜਾਏਗਾ ਪ੍ਰਸੰਗ। ਸਰੀਰ ਦੇ ਜਿੰਨੇ ਰਸ ਨੇ ਉਹ ਬੁੱਧੀ ਤੋਂ ਪਾਰ ਜਾ ਕੇ ਆਉਂਦੇ ਨੇ, ਬੁੱਧੀ ਉੱਥੇ ਕੰਮ ਛੱਡ ਜਾਂਦੀ। ਜਦੋਂ ਬੁੱਧੀ ਕੰਮ ਕਰਦੀ ਰਸ ਅਲੋਪ ਹੋ ਜਾਂਦਾ। ਫਿਰ ਅਕਾਲ ਪੁਰਖ ਦਾ ਜਿਹੜਾ ਰਸ ਹੈ, ਉਹਦੇ ਨਾਮ ਦਾ ਰਸ, ਜੇ ਅਸੀਂ ਚਾਹੀਏ ਵੀ ਅਸੀਂ ਪੂਰੀ ਤਰ੍ਹਾਂ ਦੇ ਨਾਲ ਸਮਝ ਸਮਝ ਕੇ ਸਿਆਣੇ ਹੋ ਕੇ ਵਿਆਕਰਨ ਨਾਲ ਰੱਖੀ ਹੋਵੇ ਅਤੇ ਸਮਝ ਆ ਜਾਏਗੀ, ਇਹਦੇ ਵਿੱਚ ਐਵੇਂ ਸਮਾਂ ਨਾ ਲਾਉਣਾ, ਇਸ ਤਰ੍ਹਾਂ ਰਸ ਕੋਈ ਨਹੀਂ ਆਉਂਦਾ। ਰਸ ਆਉਂਦਾ ਜਿੱਥੇ ਵਿਚਾਰਾਂ ਤੋਂ ਬੰਦਾ ਅੱਗੇ ਚਲਾ ਜਾਏ, ਉੱਥੇ ਰਸ। ਹਾਂ, ਜੇ ਸਮਝਣਾ ਹੈ
ਪਹਿਲੀ ਕਲਾਸ ਸਮਝਣ ਦੀ ਚੰਗੀ ਤਰ੍ਹਾਂ ਪੂਰੀ ਕਰ ਲੈਣੀ ਚਾਹੀਦੀ, ਚੰਗੀ ਤਰ੍ਹਾਂ ਕੋਖ ਲੈਣਾ ਚਾਹੀਦਾ ਗੁਰਬਾਣੀ ਕੀ ਕਹਿ ਰਹੀ, ਕਿਵੇਂ ਹੈ। ਪਰ ਜਦੋਂ ਅਸੀਂ ਉਹਦੇ ਵਿੱਚ ਲੀਨ ਹੋਣਾ, ਉਹਦੇ ਵਿੱਚ ਡੁੱਬਣਾ, ਜਿਵੇਂ ਇੱਕ ਤੈਰਾਕ ਜਿਹੜਾ ਪਾਣੀ ਵਿੱਚ ਤਰਦਾ, ਉਹ ਪਾਣੀ ਵਿੱਚ ਉਤਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਸਮਝ ਲੈਂਦਾ ਤਰੀ ਦਾ ਕਿਵੇਂ ਹੈ, ਪਾਣੀ ਵਿੱਚ ਕਿਵੇਂ ਉਤਰਨਾ, ਇਹ ਨਦੀ ਕਿੰਨੀ ਕੁ ਡੂੰਘੀ ਹੈ, ਇਹ ਕਿੱਧਰ ਜਾ ਰਹੀ ਹੈ, ਕਿੱਧਰੋਂ ਆ ਰਹੀ ਹੈ। ਪਰ ਜਦੋਂ ਵਿੱਚ ਛਾਲ ਲਾਉਂਦਾ ਉਦੋਂ ਨਹੀਂ ਕੋਈ ਸਮਝਦਾ, ਉਦੋਂ ਸਿਰਫ ਛਾਲ ਲਾਉਂਦਾ ਇਕੱਲੇ। ਹਾਂ, ਇਹ ਗੱਲ ਪੱਕੀ ਹੈ, ਬੰਦਾ ਸਾਰੀ ਉਮਰ ਤਰਨ ਬਾਰੇ ਸਮਝੀ ਜਾਏ ਨਾ, ਕਿਨਾਰੇ 'ਤੇ ਬੈਠ ਕੇ ਸਮਝੀ ਜਾਏ, ਲੋਕਾਂ ਤੋਂ ਸੁਣੀ ਜਾਏ ਕਿਵੇਂ ਤਰੀਦਾ ਹੈ, ਕਿਵੇਂ ਹੱਥ ਪੈਰ ਮਾਰੀਦੇ ਨੇ, ਕਿਵੇਂ ਡੁੱਬਣ ਤੋਂ ਬਚੀਦਾ। ਸਾਧ ਸੰਗਤ ਤਰਨ ਦੀ ਜਾਂਚ ਉਨਾ ਚਿਰ ਨਹੀਂ ਆਉਣੀ ਜਿੰਨਾ ਚਿਰ ਬੰਦਾ ਪਾਣੀ ਵਿੱਚ ਨਾ ਉਤਰਿਆ, ਉਨਾ ਚਿਰ ਤਰਨ ਦੀ ਜਾਂਚ ਨਹੀਂ ਆਏਗੀ, ਵਿੱਚ ਉਤਰੇਗਾ ਅਤੇ ਜਾਂਚ ਆਏਗੀ। ਬੜੇ ਲੋਕ ਨੇ ਜਿਹੜੇ ਗੁਰਬਾਣੀ ਦੇ ਕਿਨਾਰੇ 'ਤੇ ਬਹਿ ਕੇ ਸਮਝਦੇ ਰਹਿੰਦੇ ਸਾਰੀ ਉਮਰ, ਕਿਵੇਂ ਤਰਨਾ ਹੈ, ਕਿਵੇਂ ਉਤਰਨਾ, ਵਿੱਚ ਸਮਝ ਸਮਝ ਕੇ ਉਹਨਾਂ ਨੂੰ ਫਿਰ ਵਿੱਚ ਤਾਂ ਉਤਰਨਾ ਨਹੀਂ ਆਇਆ, ਕਿਉਂਕਿ ਉਹ ਤਾਂ ਸਾਧ ਸੰਗਤ ਮਰਜੀਵੜੇ ਲੋਕਾਂ ਦੀ ਗੱਲ ਹੈ, ਖਤਰਾ ਮੁੱਲ ਲੈਣਾ, ਕੁਝ ਨਾ ਕੁਝ ਡੁਬਕੀਆਂ ਲੱਗ ਵੀ ਸਕਦੀਆਂ, ਔਰ ਨਾਲ ਤੈਰਾਕ ਚਾਹੀਦੇ ਜਿਹਨੇ ਤਰਨਾ ਸਿੱਖਣਾ, ਨਹੀਂ ਤਾਂ ਡੁੱਬੇਗਾ ਆਦਮੀ। ਤਾਂ ਇਹ ਤਾਂ ਉਤਰਦੇ ਨਹੀਂ, ਉਹ ਇਕੱਲੇ ਨੇ, ਉਹਨਾਂ ਨੇ ਸਾਧ ਸੰਗਤ ਤਾਂ ਕੀਤੀ ਹੈ ਨਹੀਂ, ਉਹਨਾਂ ਨੇ ਕਦੀ ਉਹਨਾਂ ਲੋਕਾਂ ਦੀ ਸੰਗਤ 'ਤੇ ਕੀਤੀ ਨਹੀਂ ਜਿਹੜੇ ਤਰ ਪਹਿਲਾਂ ਕਈ ਵਾਰੀ ਤਰੇ ਨੇ, ਇਸ ਕਰਕੇ ਉਹ ਪਾਣੀ ਵਿੱਚ ਉਤਰਦੇ ਨਹੀਂ, ਉਹ ਧਰਮ ਵਿੱਚ ਪ੍ਰਵੇਸ਼ ਨਹੀਂ ਕਰਦੇ, ਬਾਹਰੋਂ ਬਾਹਰੋਂ ਪੜੀ ਜਾਂਦੇ ਨੇ ਬੈ ਕਿਨਾਰੇ 'ਤੇ, ਫਿਰ ਵਿੱਚ ਤਾਂ ਵੜਿਆ ਨਹੀਂ ਜਾਂਦਾ, ਉਹ ਆਪਣੀ ਕਲਪਨਾ ਦੇ ਵਿੱਚ ਆਪਣੀ ਸਮੁੰਦਰ ਬਣਾ ਲੈਂਦੇ ਨੇ, ਆਪਣੀ ਨਹਿਰ, ਆਪਣੀ ਡਰਾਇੰਗ ਰੂਮ ਦੇ ਵਿੱਚ ਸੱਚਖੰਡ ਸਾਰਾ ਕੁਝ ਉੱਥੇ ਤਰ ਲੈਂਦੇ ਨੇ, ਬਸ ਇਸੇ ਤਰ੍ਹਾਂ ਉਹਨਾਂ ਦਾ ਜੀਵਨ ਬੀਤ ਜਾਂਦਾ। ਤਾਂ ਸਭ ਤੋਂ ਪਹਿਲੀ ਗੱਲ, ਸਿਆਣਪ ਨੂੰ ਛੱਡਣ ਦਾ ਮਤਲਬ ਹੈ ਕਿ ਤੂੰ ਆਪਣੇ ਗੁਰੂ 'ਤੇ ਭਰੋਸਾ ਕਰਕੇ ਜੋ ਕੁਝ ਕਿਹਾ ਜਾ ਰਿਹਾ ਉਹਨੂੰ ਆਪਣੀ ਜ਼ਿੰਦਗੀ ਵਿੱਚ ਕਰ ਅਤੇ ਉਹਦਾ ਸਿਮਰਨ ਕਰ, ਸਿਮਰੋ ਹਰ ਹਰ ਰਾਏ। ਔਰ ਸਿਆਣਪ ਨੂੰ ਛੱਡਣ ਦੀਆਂ ਕੰਡੀਸ਼ਨਾਂ ਕਿਹੜੀਆਂ ਨੇ ਉਹ ਅੱਗੇ ਦਰਸਾਈਆਂ ਗਈਆਂ ਨੇ, ਉਹ ਸਭ ਤੋਂ ਪਹਿਲੀ ਹੈ ਕਹਿੰਦੇ ਏਕ ਆਸ, ਇਹ ਹੈ ਪਹਿਲੀ ਸਿਆਣਪ ਛੱਡਣ ਦੀ ਕਿਰਿਆ, ਇੱਕ ਆਸ। ਆਸ ਦਾ ਮਤਲਬ ਉਹਦੇ ਵਿੱਚ ਆਦਮੀ ਮਰਨ ਲਈ ਤਿਆਰ ਹੈ, ਉਹਦੀ ਆਸ 'ਤੇ ਇੰਨਾ ਭਰੋਸਾ ਹੈ ਕਿ ਜੋ ਵੀ ਦਏਗਾ ਉਹ ਪ੍ਰਵਾਨ ਹੋਏਗਾ, ਵਿੱਚ ਕੋਈ ਉਹਦੇ ਵਿੱਚ ਕਾਂਬਾ ਨਹੀਂ ਰਿਹਾ ਕਿ ਮੈਨੂੰ ਮੇਰਾ ਗੁਰੂ ਬਚਾਏਗਾ ਕਿ ਨਹੀਂ ਬਚਾਏਗਾ। ਉਹਨੂੰ ਕਹਿੰਦੇ ਨੇ ਇੱਕ ਦੀ ਆਸ। ਇੱਕ ਦੀ ਆਸ ਕਰ, ਤੇਰਾ ਅੰਦਰ ਹਿੱਲਣਾ ਨਹੀਂ ਚਾਹੀਦਾ, ਥੋੜ੍ਹਾ ਜਿਹਾ ਵੀ ਡੋਲ ਗਿਆ ਸਾਰਾ ਕੰਮ ਵਿੱਚ ਹੀ ਰਹਿ ਜਾਏਗਾ। ਗੁਰੂ ਤੈਨੂੰ ਜੋ ਵੀ ਦਵੇ, ਟਿੱਬਾ ਦਏ ਕਿ ਟੋਇਆ ਦਏ, ਉਹਦੇ ਵਿੱਚ ਉਹਨੂੰ ਪ੍ਰਵਾਨ ਕਰਨਾ ਪਏਗਾ, ਆਸ ਉਹਦੀ 'ਤੇ ਜਾਣਾ ਪਏਗਾ। ਇਹ ਨਹੀਂ ਕਿ ਰਿਜ਼ਲਟ ਚੰਗੇ ਹੋਣਗੇ, ਵੈਸੇ ਤਾਂ ਚੰਗੇ ਹੁੰਦੇ ਨੇ ਗੁਰੂ ਕੋਲ ਆਇਆ, ਪਰ ਉਹ ਇਸ ਸ਼ਰਤ 'ਤੇ ਨਹੀਂ ਜਿਉਂਦਾ ਸਿੱਖ, ਗੁਰੂ ਨਾਲ ਪਿਆਰ ਨਹੀਂ ਕਰਦਾ, ਸ਼ਰਤ ਲਾ ਕੇ ਉਹ ਅਰਦਾਸ ਦੇ ਸਹਾਰੇ 'ਤੇ, ਭਰੋਸੇ ਦੇ ਸਹਾਰੇ 'ਤੇ ਜਿਉਂਦਾ। ਏਕ ਆਸ, ਇੱਕ ਦੀ ਆਸ ਰੱਖ ਕੇ, ਏਕ ਆਸ ਹਰ ਮਨ ਰੱਖੋ, ਆਪਣੇ ਮਨ ਵਿੱਚ ਇੱਕ ਦੀ ਟੇਕ ਲੈ ਕੇ, ਸਿਆਣਪ ਛੱਡ ਕੇ ਉਹਦਾ ਸਿਮਰਨ ਕਰੋ। ਮਹਾਰਾਜ, ਇਹ ਸਾਰੇ ਕੰਮ ਜਿਹੜੇ ਨੇ ਇਹ 'ਤੇ ਮਿਹਨਤ ਹੈ, ਇਹਦਾ ਸਿੱਟਾ ਕੀ ਨਿਕਲੇਗਾ? ਅਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਨਾਨਕ ਦੁੱਖ ਭਰਮ ਭਉ ਜਾਏ। ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਨਾ, ਆਪਸ ਵਿੱਚ ਜੁੜੀਆਂ ਹੋਈਆਂ ਨੇ, ਪੰਜ ਕੁ ਮਿੰਟ ਇਹਨਾਂ 'ਤੇ ਵਿਚਾਰ ਕਰੀਏ। ਤਿੰਨ ਚੀਜ਼ਾਂ, ਦੁੱਖ, ਭਰਮ ਅਤੇ ਭਉ। ਸਭ ਤੋਂ ਪਹਿਲਾਂ ਹੈ ਭਰਮ, ਦੂਜੇ ਨੰਬਰ 'ਤੇ ਹੈ ਭਉ, ਅਤੇ ਤੀਜੇ ਨੰਬਰ 'ਤੇ ਹੈ ਦੁੱਖ। ਹੁਣ ਅਸੀਂ ਤੀਜੇ ਨੂੰ ਹਟਾਉਣ ਦਾ ਯਤਨ ਕਰ ਰਹੇ ਹਾਂ, ਦੁੱਖ ਨੂੰ, ਉਹ ਤਾਂ ਤੀਜੇ ਨੰਬਰ 'ਤੇ ਆਉਂਦਾ, ਉਹ ਤਾਂ ਉਹਦਾ ਸਿੱਟਾ ਹੈ। ਅਸੀਂ ਸੱਚ ਜਾਣੂ ਇਸ ਤਰ੍ਹਾਂ ਕਰ ਰਹੇ ਹਾਂ ਕਿ ਅਸੀਂ ਕਹਿ ਰਹੇ ਹਾਂ ਲਾਈਟ ਚਾਨਣ ਨਹੀਂ ਪੈਣਾ ਚਾਹੀਦਾ, ਪਰ ਸਾਨੂੰ ਪਤਾ ਨਹੀਂ ਕਿ ਚਾਨਣ ਆ ਕਿੱਥੋਂ ਰਿਹਾ। ਅਸੀਂ ਕਹਿੰਦੇ ਹਾਂ ਵੀ ਚਾਨਣ ਬੰਦ ਕਰੋ, ਲਾਈਟ ਜਗ ਰਹੀ ਹੈ, ਟਿਊਬ ਸਾਨੂੰ ਦਿਸਦੀ ਨਹੀਂ ਜਿਹਦੇ ਵਿੱਚੋਂ ਚਾਨਣ ਆ ਰਿਹਾ। ਫਿਰ ਜੇ ਅਸੀਂ ਟਿਊਬ ਤੱਕ ਵੀ ਚਲੇ ਗਏ, ਫਿਰ ਸਾਨੂੰ ਇੱਕ ਹੋਰ ਚੀਜ਼ ਨਹੀਂ ਦਿਸਦੀ, ਉਸ ਟਿਊਬ ਦਾ ਜਿੱਥੇ ਕੰਟਰੋਲ ਹੈ, ਜਿੱਥੇ ਸਵਿੱਚ ਹੈ, ਜਿੱਥੋਂ ਬੰਦ ਹੁੰਦੀ ਹੈ। ਇਹ ਤਿੰਨ ਚੀਜ਼ਾਂ ਨੇ ਨਾ, ਆ ਵੇਖੋ ਦਰਬਾਰ ਦੇ ਵਿੱਚ ਚਾਨਣ ਹੈ, ਤਿੰਨ ਚੀਜ਼ਾਂ ਕਰਕੇ ਹੋ ਰਿਹਾ। ਇਹਦੇ ਵਿੱਚ ਤਿੰਨ ਚੀਜ਼ਾਂ ਕੰਮ ਕਰ ਰਹੀਆਂ, ਇੱਕ ਚਾਨਣ ਹੈ,
ਚਾਨਣ ਤਾਂ ਪ੍ਰਗਟ ਚੀਜ਼ ਹੈ ਨਾ, ਇਹ ਤਾਂ ਨਤੀਜਾ ਹੈ, ਰਿਜ਼ਲਟ ਹੈ। ਇਹ ਕਾਹਦੇ ਕਰਕੇ ਚਾਨਣ? ਇਹ ਟਿਊਬ ਕਰਕੇ ਹੈ। ਟਿਊਬ ਕਿਉਂ ਜਗਦੀ ਹੈ? ਇਹਦੇ ਪਿੱਛੇ ਕਨੈਕਸ਼ਨ ਸਵਿੱਚ ਹੈ, ਉੱਥੋਂ ਬੰਦ ਕੀਤਿਆਂ ਸਭ ਕੁਝ ਹੋ ਜਾਏ ਪਿੱਛੋਂ ਜੜ ਤੋਂ। ਤਾਂ ਦੁੱਖ ਜਿਹੜਾ ਉਹ ਅਸੀਂ ਦੁੱਖ ਨੂੰ ਹਟਾ ਰਹੇ ਹਾਂ, ਸਾਨੂੰ ਇਹ ਨਹੀਂ ਪਤਾ ਇਹਦੇ ਪਿੱਛੇ ਦੋ ਹੋਰ ਚੀਜ਼ਾਂ ਕੰਮ ਕਰ ਰਹੀਆਂ। ਉਹ ਕਿਹੜੀਆਂ ਨੇ? ਪਹਿਲੀ ਹੈ ਭਰਮ, ਅਤੇ ਜਿੱਥੇ ਭਰਮ ਹੋਵੇਗਾ ਉੱਥੇ ਭਉ ਆਵੇਗਾ, ਜਿੱਥੇ ਭਉ ਆਵੇਗਾ ਉੱਥੇ ਦੁੱਖ ਹੋਵੇਗਾ। ਇਹ ਦਾਦਾ ਪੋਤਰਾ ਇਸ ਤਰ੍ਹਾਂ ਦੀ ਕਹਾਣੀ। ਦਾਦਾ ਹੈ, ਪੁੱਤਰ ਹੈ, ਪੋਤਰਾ ਹੈ। ਭਰਮ ਕੀ ਹੈ? ਭਰਮ ਇਹ ਹੈ ਵੀ ਆਪਣੇ ਮਨ ਵਿੱਚ ਉਹ ਕੁਝ ਬਣਾ ਲੈਣਾ ਜੋ ਨਹੀਂ, ਸੋਚ ਲੈਣਾ। ਬੜੀ ਦੁਨੀਆ ਜਿਹੜੀ ਭਰਮ ਕਰਕੇ ਦੁਖੀ ਫਿਕਸ ਕਰ ਲੈਂਦੀ ਹੈ। ਕਈ ਵਾਰੀ ਕੋਈ ਉਹਦਾ ਦੁਸ਼ਮਣ ਨਹੀਂ ਵੀ ਹੁੰਦਾ, ਉਹਦਾ ਵਿਰੋਧੀ ਨਹੀਂ ਵੀ ਹੁੰਦਾ, ਉਹ ਆਪਣੇ ਮਨ ਦੇ ਵਿੱਚ ਆਪ ਹੀ ਫਿਕਸ ਕਰ ਆਈਡੀਆ ਲਾ ਲੈਂਦਾ ਕਿ ਮੇਰਾ ਦੁਸ਼ਮਣ ਇਹਨੇ ਕਿਹਾ ਹੈ। ਬਿਲਕੁਲ ਕੋਈ ਉਹਦਾ ਸਬੂਤ ਨਹੀਂ, ਕੋਈ ਉਸ ਨੂੰ ਵੇਖਿਆ ਨਹੀਂ, ਕੋਈ ਉਹਨੂੰ ਸੁਣਿਆ ਨਹੀਂ। ਹੁਣ ਇਹ ਅਣਹੋਂਦੀ ਘਟਨਾ ਜਦੋਂ ਮਨ ਵਿੱਚ ਵਾਪਰਦੀ ਤਾਂ ਉੱਥੇ ਸੋਗ ਦਾ ਜਨਮ ਹੁੰਦਾ ਹੈ, ਉੱਥੇ ਡਰ ਦਾ ਜਨਮ ਹੁੰਦਾ, ਉੱਥੇ ਭਉ ਦਾ ਜਨਮ ਹੁੰਦਾ ਹੈ। ਸਭ ਤੋਂ ਪਹਿਲਾਂ ਹੈ ਭਰਮ। ਭਰਮ ਦੇ ਬਹੁਤ ਲੰਬੇ ਅਰਥ ਨੇ। ਭਰਮ ਦੇ ਅਰਥ ਨੇ ਜਿਵੇਂ ਦਾ ਅਸੀਂ ਮੰਨ ਲੈਂਦੇ ਹਾਂ ਉਸ ਤਰ੍ਹਾਂ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਭਗਤ ਰਵਿਦਾਸ ਜੀ ਦਾ ਸ਼ਬਦ ਹੈ ਕਿ ਮਾਧਵੇ ਕਿਆ ਕਹੀਐ ਭਰਮ ਐਸਾ। ਭਰਮ ਕੀ ਹੁੰਦਾ ਹੈ? ਜੈਸਾ ਮਾਨੀਐ ਹੋਏ ਨਾ ਤੈਸਾ। ਜਿਵੇਂ ਅਸੀਂ ਮੰਨ ਲੈਂਦੇ ਹਾਂ ਉਸ ਤਰ੍ਹਾਂ ਹੁੰਦਾ ਕੱਖ ਵੀ ਨਹੀਂ। ਉਹ ਮਨੌਤ ਦੇ ਆਧਾਰ 'ਤੇ ਅਸੀਂ ਆਪਣੇ ਮਨ ਦੇ ਵਿੱਚ ਕਈ ਕੁਝ ਇਕੱਠਾ ਕਰ ਲੈਂਦੇ ਹਾਂ, ਫਿਰ ਉਸ ਮਨੌਤ ਦੇ ਆਧਾਰ 'ਤੇ ਦੂਜੀ ਚੀਜ਼ ਪੈਦਾ ਹੁੰਦੀ, ਉਹਨੂੰ ਕਹਿੰਦੇ ਡਰ। ਭਉ ਜਿਹਨੂੰ ਕਿਹਾ ਗਿਆ, ਫਿਰ ਭਉ ਪੈਦਾ ਹੋਇਆ, ਅਤੇ ਜਦੋਂ ਭਉ ਪੈਦਾ ਹੋਇਆ ਉਸ ਵੇਲੇ ਦੁੱਖ ਪੈਦਾ ਹੋਇਆ। ਇਸ ਤਰ੍ਹਾਂ ਦੁੱਖ ਕਦੀ ਮਿਟੇਗਾ ਨਹੀਂ ਜਿੰਨਾ ਚਿਰ ਭਰਮ ਰਹਿਣਾ। ਅਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਇੱਕ ਭਰਮ ਤੈਨੂੰ ਸਭ ਤੋਂ ਵੱਡਾ ਹੈ। ਉਹ ਭਰਮ ਕਾਹਦਾ ਹੈ? ਭੁਲੇਖਾ ਕਾਹਦਾ ਹੈ? ਕਿ ਆਹ ਜਿਹੜਾ ਸੰਸਾਰ ਬਣਿਆ ਹੈ ਤੇਰਾ ਹੈ, ਇਹ ਸਭ ਤੋਂ ਵੱਡਾ ਤੇਰਾ ਭਰਮ ਹੈ, ਔਰ ਤੂੰ ਇਹਨੂੰ ਚੰਬੜ ਗਿਆ, ਇਹਨੂੰ ਜਫਾ ਮਾਰ ਲਿਆ ਹੈ, ਇਹਨੂੰ ਘੁੱਟ ਕੇ ਫੜਿਆ ਹੋਇਆ, ਏਡੀ ਵੱਡੀ ਮੂਰਖਤਾ ਤੂੰ ਕਰ ਰਿਹਾ। ਇਸ ਭਰਮ ਕਰਕੇ ਹੀ ਫਿਰ ਤੈਨੂੰ ਭਉ ਜਾਗਦਾ, ਡਰ ਜਾਗਦਾ। ਉਹ ਕਾਹਦਾ? ਕਿ ਮੇਰੇ ਤੋਂ ਕਿਤੇ ਛੁੱਟ ਨਾ ਜਾਏ। ਇਹਦੇ ਕਰਕੇ ਫਿਰ ਸੰਸਾ ਜਾਗਦਾ ਹੈ, ਅਤੇ ਸੰਸਾ ਜਾਗਦਾ ਹੈ ਅਤੇ ਫਿਰ ਦੁੱਖ ਪੈਦਾ ਹੁੰਦਾ, ਅਤੇ ਉਸ ਦੁੱਖ ਨੂੰ ਕੋਈ ਨਹੀਂ ਮਿਟਾ ਸਕਦਾ ਗੁਰੂ ਤੋਂ ਬਿਨਾਂ, ਜਿੰਨਾ ਚਿਰ ਉਹਦੀ ਜੜ੍ਹ ਨਾ ਵੱਢੀ ਜਾਏ। ਤਾਂ ਦੁੱਖ ਉਹਨਾਂ ਦਾ ਮਿਟਿਆ ਜਿਨ੍ਹਾਂ ਦਾ ਭਰਮ ਟੁੱਟਾ ਹੈ, ਅਤੇ ਜਿਨ੍ਹਾਂ ਨੇ ਆਪਣੀ ਸਿਆਣਪ ਛੱਡ ਕੇ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ। ਸਿਮਰਨ ਕੀਤਾ ਆਪਣੀ ਸਿਆਣਪ ਨੂੰ ਛੱਡ ਕੇ, ਉਹਨਾਂ ਨੇ ਇੱਕ ਦੀ ਆਸ ਰੱਖੀ, ਏਕ ਆਸ ਹਰ ਮਨ ਰੱਖੋ, ਅਤੇ ਤਿੰਨੇ ਚੀਜ਼ਾਂ ਨਸ਼ਟ ਹੋ ਗਈਆਂ। ਸਾਹਿਬ ਕਹਿੰਦੇ, ਨਾਨਕ ਦੁੱਖ ਭਰਮ ਭਉ ਜਾਏ। ਇਹ ਤਿੰਨੇ ਚੀਜ਼ਾਂ ਉਹਨਾਂ ਦੇ ਜੀਵਨ ਵਿੱਚੋਂ ਮਿਟ ਗਈਆਂ। ਹੁਣ ਅੱਗੇ ਸਾਰੀ ਇਸ ਸਲੋਕ ਦੀ ਵਿਆਖਿਆ ਹੋਵੇਗੀ ਜੋ ਉੱਤੇ ਕਿਹਾ ਗਿਆ। ਕਿਹੜੇ ਲੋਕ ਨੇ ਜਿਹੜੇ ਸਿਆਣਪ ਛੱਡ ਸਕਦੇ ਨੇ, ਔਰ ਇੱਕ ਦਾ ਸਿਮਰਨ ਕਰ ਸਕਦੇ, ਇੱਕ ਦੀ ਆਸ ਰੱਖ ਸਕਦੇ ਨੇ, ਇੱਕ ਨਾਲ ਮੁਹੱਬਤ ਕਰ ਸਕਦੇ ਨੇ? ਸਤਿਗੁਰੂ ਇਹ ਸਾਰੀ ਅਸ਼ਟਪਦੀ ਸਿੱਖਿਆਦਾਇਕ ਅਵਸਥਾ ਵਿੱਚ ਉਚਾਰੀ ਗਈ, ਸਿੱਖ ਨੂੰ ਉਪਦੇਸ਼ ਦਿੱਤਾ ਗਿਆ, ਸਿੱਖਿਆ ਦਿੱਤੀ ਗਈ ਕਿ ਇਸ ਤਰ੍ਹਾਂ ਕਰਨਾ ਚਾਹੀਦਾ। ਹਜ਼ੂਰ ਕਹਿੰਦੇ, ਮਾਨੁੱਖ ਕੀ ਟੇਕ ਬਿਰਥੀ ਸਭ ਜਾਣ। ਮਨੁੱਖ ਦੀ ਟੇਕ ਨੂੰ ਬਿਰਥ ਜਾਣ। ਹੁਣ ਤੁਸੀਂ ਵੇਖੋਗੇ ਸੰਸਾਰ ਦੇ ਵਿੱਚ ਮਨੁੱਖ ਦਾ ਮਨੁੱਖ ਸਹਾਰਾ ਬਣਦਾ ਹੈ। ਮਾਨੁੱਖ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕੋ ਏਕੈ ਭਗਵਾਨ। ਦੇਣ ਵਾਲਾ ਜੋ ਕੁਝ ਤੂੰ ਚਾਹੁੰਦਾ ਉਹ ਭਗਵਾਨ ਹੈ। ਮਨੁੱਖ ਵਿੱਚ ਜ਼ਰੀਆ ਹੋ ਸਕਦਾ, ਕਿਤੇ ਸਾਧਨ ਬਣ ਸਕਦਾ ਹੈ, ਉਹ ਦੇਣ ਵਾਲਾ ਨਹੀਂ, ਦਾਤਾ ਨਹੀਂ ਮਨੁੱਖ, ਉਹ ਸਾਧਨ ਬਣ ਸਕਦਾ। ਜਿਵੇਂ ਕੋਈ ਕੜਛੀ ਹੈ, ਕੜਛੀ ਸਾਧਨ ਹੈ, ਉਹ ਭੋਜਨ ਨਹੀਂ ਦੇ ਸਕਦੀ। ਇਸ ਚੀਜ਼ ਨੂੰ ਸਮਝਣਾ। ਇੱਥੇ ਆ ਕੇ ਸਾਡੇ ਸੱਜਣ ਵਿਆਖਿਆ ਵਿੱਚ ਕੀ ਕਹਿਣਗੇ? ਤੁਸੀਂ ਸਿੱਧਾ ਰੱਬ ਨਾਲ ਜੁੜੋ ਕਿਸੇ ਬੰਦੇ ਨਾਲ, ਜਦੋਂ ਕਿਸੇ ਆਦਮੀ ਕੋਲੋਂ ਲੰਘਦੇ ਨੇ ਪੂਰੇ ਆਕੜ ਕੇ, ਵੀ ਗੁਰੂ ਸਾਹਿਬ ਦਾ ਹੁਕਮ ਹੈ ਬੰਦੇ ਦੀ ਆਸ ਨਹੀਂ ਕਰਨੀ। ਅਸੀਂ ਇਸ ਚੀਜ਼ ਨੂੰ ਸਮਝੇ ਨਹੀਂ, ਸਖਤ ਹੋ ਗਏ ਬਹੁਤ। ਮਨੁੱਖ ਦੀ ਆਸ ਦਾ ਮਤਲਬ ਜਿੱਥੇ ਸਾਧ ਸੰਗਤ ਕਹੀਏ ਕਿ ਗੁਰਸਿੱਖਾਂ ਦੇ ਨਾਲ ਮਿਲ ਕੇ ਚੱਲਣਾ, ਉਹਦਾ ਅਰਥ ਹੈ
कि कोई शरीरधारी जिहड़ा मनुख है जिहड़ा वो दाता नहीं, वो वर्तावा है, वो कड़छी वर्गा है, देण वाला है, पदार्थ पिछों आ रहा है। हाँ, इस इत्थे मनुख की गल की कि जिहड़ा मन के आधार पर जिउंदा है, ख्याल रख मानुख, मानुख की टेक बिरथी सब जान, मानुख विच ते रब दे प्यारियां विच बहुत फर्क है, वह मनुख नहीं हैं, ख्याल रख। मानुख शब्द के अर्थ ही ये ने जो अजे मन के तल ते जी रहा है, मन तो अगे गया ही नहीं, पर जेडे लोग मन तो अगे चले गए उन्हों का अपना तन भी नहीं रहा, तन उन्हें सौंप ही दिता है, मन उन्हें सौंप दिता है, हुण ते उहदे चरणां विच जिउंदे ने। उन्हां बारे ते गुरबाणी विच इसे बाणी विच आएगा, मन मेरे तिन की ओट ले, मन तन अपना तिन जन दे। इस करके मानुख कौन है? मन दे आधार ते जिउण वाला आम मनुख। हजूर कहिंदे ऐसे मनुख दी तू कदी आस ना कर जिहड़ा खुद मन दे आधार ते जिउंदा है, ते जिन्ना चिर आदमी मन दे आधार ते जिउंदा भिखारीपणा उहदे विच रहिंदा, मंगदा रहिंदा है। मन के आधार पर जिउण वाला भिखारी पुणे विच जिउंदा है, ते भिखारी तो की मंगेगा, वह तो आप मंगदा फिरदा। जे मंगना तो उहदे तो मंग जिहड़ा भिखारी खुद नहीं है, जो खुद नहीं मंगदा, जिन्हों कोई लोड़ नहीं, बेलोड़ हो गया। सारा संसार बहुता भिखारीपणे विच जिउंदा है, मन के तल ते जिउंदा है। इस करके हजूर गुरु अर्जन देव साहब कहिंदे व्यर्थ है तेरी आस, उहदी टेक जिहड़ा मनुख मन के तल ते जी रहा है। और ये समझ लेना चाहिए, देवन को एक है भगवान, एक वाहगुरु ही देन वाला है। हजूर कहिंदे जिस कै दीया रह अगाए, जिहदे खजाने इन्ने महान ने, जदों देंदा है ना ते व्यापक, तुसी दूर ना जाओ, असी गर्मी तो बचण वास्ते वेखो किन्ने साधन कीते, जिहड़े कमरे विच साडा साधन चलदा उत्थे ठंड हुंदी है, बाहर निकलो उत्थे फिर ठंड, कोई नहीं उत्थे फिर गर्मी। साडे साधन किन्ने कु लंबे ने, किन्ने कु वड्डे ने, असी थोड़े थोड़े थावां ते किते पखा लगा, किते एसी है, कूलर है, थोड़े थां ते ठंड, थोड़ा जिहा निकलो फिर भज्जो बाहरों कि यह बहुत गर्मी, साडे साधन इन्ने कु ने। पर अकाल पुरख वाहिगुरू का खजाना वेखो भी हुणे वह बारिश करदा है, हुणे बदल आ जाए, हुणे छां करदा है, ऐसी बारिश करेगा भी वह एक कमरे तक वो ठंड सीमित नहीं रहिंदी, जिथे जाओगे बाहर विचरोगे उत्थे उहदियां लहरां आउणगियां ठंड दी। जिस कह दी है रह अगाए, जदों वो देंदा है तो सारियां नूं रजा देंदा है, कल्ले कल्ले नूं नहीं, समेत पंछियां दे, समेत पशुआं दे, समेत गरीब आदमी अमीर आदमी सारियां नूं इक्को जिहा दे देंदा है। इन्ना वड्डा उहदे कोल खजाना है, देवन को जिस कै दीया रह अगाए, अगाए का अर्थ मनुख रज जाता है। हजूर कहिंदे बहुर ना तृष्णा लाग आए, उहदी तृष्णा खत्म हो जाती है। ये तो सिर्फ संसारिक अर्थ हैं, जिस मनुख के अंदर कृपा करके वह नाम की दात टिका देंदा है ना, परत के वह भीख वाला भांडा फड़ के संसार तो मंगता नहीं, बेपरवाह हो जाता, उहदी तृष्णा जिहड़ी है खत्म हो जाती। और ऐसा मनुख जिहड़ा एक दी आस ते जिउंदा, उहदे विच एक ज्ञान की धारा वहिंदी है, वह की जाणदा। हजूर कहिंदे मारै राखै एको आप, मारण ते रखण वाला सिर्फ एको आप है। इत्थे ध्यान देना, कई चीज़ां विच खड़ियां हुंदियां, मारै राखै एको आप, असी कहने सानू परवाह ही नहीं, मारन वाला आप ते रखण वाला, चीज़ां नू समझ लेना चाहिए। गुरु साहब ने भी कहा मारन ते रखण वाला आप ही है, पर सतगुरु ने अपने हथां विच तेग क्यों फड़ी, सिक्योरिटी क्यों बनाई, चौवां पासे बनाया ना कलगियां वाले पातशाह ने, सिक्योरिटी दस्ता सी उन्हां दा स्पैशल, उन्हां दे हथां विच श्री साहब रहिंदी सी, उन्हां कोल शस्त्र सन, वह उपराला करदे रहिंदे सन भी अगे किते खतरा ते नहीं। हर एक चीज़ के उत्ते उसना चीज़ों की संसारक चीज़ों की वरतों करते सन समझदी, पर साड़ी जिहड़ी बुद्धि उहदा दायरा छोटा होण करके असी गलत विचारां विच पै जांदे आ वी मारना है ते रखना, उसे नहीं मारना है। ते जे हुण अगे टोया है, साडे सामने कंडे खिलरे हुए ने,
ਅਤੇ ਅਸੀਂ ਕਹੀਏ ਅਸੀਂ ਤਾਂ ਸਿੱਖ ਹਾਂ, ਬੇਪਰਵਾਹ, ਸਾਨੂੰ ਕੀ ਪਰਵਾਹ ਕੰਡਿਆਂ ਦੀ, ਅਸੀਂ ਤਾਂ ਉੱਤੋਂ ਹੀ ਲੰਘਣਾ ਝਾੜੀ ਦੇ, ਅਤੇ ਉੱਥੇ ਤਾਂ ਸਾਧ ਸੰਗਤ ਕੰਡਿਆਂ ਨੇ ਚੁੱਭਣੇ ਚੁੱਭਣਾ ਹੈ, ਹਾਂ ਫਿਰ ਉਹਨਾਂ ਨੂੰ ਕੱਢਦੇ ਫਿਰਾਂਗੇ। ਤਾਂ ਇਹ ਜਿੱਥੇ ਸਤਿਗੁਰੂ ਨੇ ਬਚਨ ਕੀਤੇ ਨੇ ਕਿ ਮਾਰਨ ਅਤੇ ਰੱਖਣ ਵਾਲਾ ਇੱਕ ਹੈ, ਉਹ ਇੱਕ ਮਾਰਨ ਅਤੇ ਰੱਖਣ ਵਾਲਾ ਹੈ, ਪਰ ਤੇਰੇ ਸਰੀਰ ਦੇ ਵਿੱਚ ਉਹਨੇ ਸਾਰੇ ਯੰਤਰ ਲਾਏ ਨੇ ਜਿਹੜੇ ਤੈਨੂੰ ਬਚਾਉਣ ਵਾਲੇ, ਉਹਦੇ 'ਤੇ ਭਰੋਸਾ ਕਰਕੇ ਉਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ। ਰੱਖਣਾ ਉਸਨੇ ਹੈ, ਮਾਰਨਾ ਉਸਨੇ ਹੈ, ਪਰ ਤੇਰੇ ਸਰੀਰ ਦੇ ਵਿੱਚ ਉਹਨੇ ਬੁੱਧੀ ਵੀ ਤਾਂ ਆਪ ਹੀ ਪਾਈ ਨਾ, ਇਹਦੀ ਤੂੰ ਵਰਤੋਂ ਕਰਨੀ ਆ ਆਪਣੇ ਆਪ ਨੂੰ। ਕਬੀਰ ਸਾਹਿਬ ਕਹਿੰਦੇ ਨੇ ਕੋਈ ਆਦਮੀ ਹਨੇਰੇ ਵਿੱਚ ਤੁਰੇ, ਉਹਨੂੰ ਰਾਹ ਦਾ ਪਤਾ ਨਾ ਹੋਵੇ, ਉਹਦੇ ਕੋਲ ਦੀਵਾ ਨਾ ਹੋਵੇ, ਉਹ ਖੂਹ ਵਿੱਚ ਡਿੱਗੇ, ਅਤੇ ਆਪਾਂ ਕਹਿੰਦੇ ਹਾਂ ਵਿਚਾਰੇ ਕੋਲ ਦੀਵਾ ਨਹੀਂ ਸੀ। ਕਬੀਰ ਸਾਹਿਬ ਕਹਿੰਦੇ ਮੈਂ ਇਸ ਤਰ੍ਹਾਂ ਦੇ ਆਦਮੀ ਵੇਖ ਰਿਹਾ ਜਿਨ੍ਹਾਂ ਦੇ ਹੱਥਾਂ ਵਿੱਚ ਦੀਵਾ ਹੈ ਅਤੇ ਦੀਵੇ ਨਾਲ ਖੂਹ ਵੇਖ ਕੇ ਚੰਗੀ ਤਰ੍ਹਾਂ, ਦੀਵੇ ਦੇ ਚਾਨਣ ਕਰਕੇ ਨਾ ਪੂਰੀ ਤਰ੍ਹਾਂ ਵੇਖ ਕੇ ਕਿ ਅੱਗੇ ਖੂਹ ਹੈ, ਅਤੇ ਚੰਗੀ ਤਰ੍ਹਾਂ ਚਾਨਣ ਵਿੱਚ ਛਾਲ ਮਾਰਦੇ ਨੇ। ਇਹ ਵੀ ਬਾਣੀ ਦੇ ਬਚਨ ਨੇ। ਸਾਹਿਬ ਕਹਿੰਦੇ ਨੇ ਮਨ ਜਾਣਤ ਸਭ ਬਾਤ, ਜਾਣਤ ਹੀ ਔਗੁਣ ਕਰੈ ਕਾਹੇ ਕੀ ਕੁਸ਼ਲਾਤ। ਇਹ ਕਿੱਧਰ ਦੀ ਸਿਆਣਪ ਹੈ? ਹਾਥ ਦੀਪ, ਹੱਥ ਵਿੱਚ ਦੀਵਾ ਫੜਿਆ ਹੋਇਆ, ਕੂਵੇਂ ਭਰੈ ਅਤੇ ਮਨੁੱਖ ਉਸ ਦੀਵੇ ਦੇ ਚਾਨਣ ਵਿੱਚ ਖੂਹ ਵਿੱਚ ਡਿੱਗਦਾ ਹੈ। ਇਹਨਾਂ ਦੋ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ, ਨਹੀਂ ਤਾਂ ਅਸੀਂ ਕਹਾਂਗੇ ਜੋ ਕੁਝ ਕਰਨਾ ਰੱਬ ਨੇ ਕਰਨਾ, ਅਸੀਂ ਅੱਖ ਬੰਦ ਕਰ ਦਿਆਂਗੇ, ਅੱਖਾਂ ਉਸਨੇ ਦਿੱਤੀਆਂ ਨੇ, ਉਹ ਆਪ ਹੀ ਖੋਲ੍ਹਦਾ ਹੈ, ਸਾਰੀਆਂ ਚੀਜ਼ਾਂ ਉਹਨੇ ਬਖਸ਼ਿਸ਼ ਕੀਤੀਆਂ ਨੇ। ਉਹਦੇ ਅਰਦਾਸ ਦੇ ਸਹਾਰੇ 'ਤੇ ਗੁਰਸਿੱਖ ਤੁਰੇ ਤਾਂ ਉਹ ਮਾਰਗ ਦਰਸ਼ਨ ਕਰਦਾ, ਸਹਾਇਕ ਹੁੰਦਾ, ਸਿੱਖ ਨੂੰ ਬਚਾਉਂਦਾ ਹੈ, ਔਰ ਉਹਦੇ 'ਤੇ ਟੇਕ ਗਹਿਰੀ ਹੋ ਜਾਂਦੀ ਕਿ ਮਾਰਨ ਵਾਲਾ ਅਤੇ ਰੱਖਣ ਵਾਲਾ ਉਹ ਆਪ ਵਾਹਿਗੁਰੂ ਹੈ। ਹਜ਼ੂਰ ਕਹਿੰਦੇ ਮਨੁੱਖ ਕਹਿ ਕਿਛੁ ਨਾਹੀ ਹਾਥ, ਮਨੁੱਖ ਦੇ ਹੱਥ ਵਿੱਚ ਕੁਝ ਵੀ ਨਹੀਂ, ਇਹ ਆਪਣੇ ਹੰਕਾਰ ਦੇ ਆਸਰੇ ਆਪਣੀ ਰੱਖਿਆ ਨਹੀਂ ਕਰ ਸਕਦਾ। ਹਜ਼ੂਰ ਕਹਿੰਦੇ ਤਿਸ ਕਾ ਹੁਕਮ ਬੂਝ ਸੁਖ ਹੋਏ। ਹੁਣ ਇਹ ਸੁਖ ਦੀ ਪ੍ਰਾਪਤੀ ਦਾ ਸਾਧਨ ਦੱਸਿਆ, ਇੱਕ ਇੱਕ ਸ਼ਬਦ ਬਹੁਤ ਗਹਿਰਾ ਹੈ। ਕਹਿੰਦੇ ਤੈਨੂੰ ਸੁਖ ਚਾਹੀਦਾ, ਤੁਸੀਂ ਕਿਸੇ ਗੁਰਦੁਆਰੇ ਦੇ ਅੱਗੇ ਲਿਖ ਕੇ ਲਾ ਦਿਓ ਵੀ ਜਿਹੜਾ ਇੱਥੇ ਆਏਗਾ ਨਾ ਉਹਨੂੰ ਸੁੱਖ ਮਿਲੇਗਾ। 1000-1200 ਇਸ਼ਤਿਹਾਰ ਲਾ ਦਿਓ ਸ਼ਹਿਰ ਵਿੱਚ, ਇੱਕ ਗੁਰਦੁਆਰਾ ਨਵਾਂ ਖੁੱਲ੍ਹਿਆ ਉੱਥੇ, ਕਹਿੰਦੇ ਨੇ ਸੁੱਖ ਮਿਲਦਾ ਹੈ, ਸਾਧ ਸੰਗਤ ਚੌਵਾਂ ਪਾਸੇ ਪਾਰਕਿੰਗ ਖਤਮ ਹੋ ਜਾਏਗੀ, ਕਿਉਂਕਿ ਅਸੀਂ ਸਾਰੇ ਸੁੱਖ ਲੱਭ ਰਹੇ ਹਾਂ, ਲੱਭਣਾ ਵੀ ਚਾਹੀਦਾ। ਸੁੱਖ ਸਾਡੀ ਪੂੰਜੀ ਹੈ, ਸਾਡੀ ਲੋੜ ਹੈ, ਸੁੱਖ ਲੱਭਣ ਉੱਥੇ ਆਵਾਂਗੇ। ਪਰ ਜਦੋਂ ਸਾਰੇ ਲੋਕ ਇਕੱਠੇ ਹੋ ਜਾਣਗੇ ਤਾਂ ਉੱਥੇ ਦੱਸਿਆ ਜਾਏ ਵੀ ਆਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਸੁੱਖ ਕਿੱਥੋਂ ਮਿਲੇਗਾ। ਅਤੇ ਹਜ਼ੂਰ ਕਹਿਣਗੇ ਤਿਸ ਕਾ ਹੁਕਮ ਬੂਝ ਸੁੱਖ ਹੋਏ, ਤੁਸੀਂ ਸੁੱਖ ਲੈਣ ਆਏ ਹੋ ਅਤੇ ਉਹਦਾ ਹੁਕਮ ਬੁੱਝੋ, ਰੱਬ ਕੀ ਕਰਾਉਣਾ ਚਾਹੁੰਦਾ ਤੁਹਾਡੇ। ਉਸੇ ਵੇਲੇ ਦੀਵਾਨ ਆਲ ਖਾਲੀ ਹੋ ਜਾਏਗਾ, ਉਹ ਕਹਿਣਗੇ ਜੀ ਕੋਈ ਇਸ ਤਰ੍ਹਾਂ ਦਾ ਸੁੱਖ ਦਿਓ ਜਿਹੜਾ ਹੁਕਮ ਨਾ ਮੰਨੀਏ ਗੁਰੂ ਦਾ ਅਤੇ ਸੁੱਖ ਵੀ ਰਹੇ, ਅਸੀਂ ਉਸ ਤਰ੍ਹਾਂ ਦਾ ਸੁੱਖ ਲੱਭਣੇ, ਹੁਕਮ ਨਾ ਮੰਨੀਏ। ਬਸ ਫਿਰ ਉੱਥੋਂ ਦਾ ਗੁਰਦੁਆਰਾ ਜਿਹੜਾ ਵਿਰਲਾ ਟਾਵਾਂ ਜਿਹੜਾ ਖਾਲੀ ਰਹੇਗਾ, ਕਿਉਂਕਿ ਉਹ ਕਹਿਣਗੇ ਜੀ ਉੱਥੇ ਸੁੱਖ ਸਿੱਧਾ ਨਹੀਂ ਮਿਲਦਾ, ਪਹਿਲਾਂ ਗੁਰੂ ਦਾ ਹੁਕਮ ਮੰਨਣਾ ਪੈਂਦਾ ਜੀ। ਫਿਰ ਇਸ ਤਰ੍ਹਾਂ ਦੇ ਗੁਰਦੁਆਰੇ ਤੁਹਾਨੂੰ ਮਿਲ ਹੀ ਜਾਣਗੇ, ਤਕਰੀਬਨ ਖੋਲ੍ਹ ਲੈਂਦੇ ਨੇ ਲੋਕ, ਉਹ ਕਹਿੰਦੇ ਕੋਈ ਲੋੜ ਨਹੀਂ ਹੁਕਮ ਮੰਨਣ ਦੀ, ਬਸ ਸੁੱਖ ਮਿਲੇਗਾ। ਕੱਲ੍ਹ ਉਹ ਸੁੱਖ ਬਾਣੀ ਪੜਿਆ ਸੁੱਖ ਤਾਂ ਆਉਂਦੇ ਹੀ, ਥੋੜ੍ਹੇ ਦਿਨਾਂ ਬਾਅਦ ਸਾਧ ਸੰਗਤ ਫਿਰ ਉਹ ਬਦਲ ਜਾਂਦੀ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਸੀਂ ਸਮਝਣ ਲਈ ਤਿਆਰ ਹੀ ਨਹੀਂ ਹਾਂ। ਅਸੀਂ ਯਤਨ ਕਰਨੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਚਲਾਕੀ ਨਾਲ ਧੋਖਾ ਦੇ ਜੀ, ਪਰ ਇੱਥੇ ਧੋਖਾ ਨਹੀਂ ਦਿੱਤਾ ਜਾ ਸਕਦਾ। ਹਜ਼ੂਰ ਕਹਿੰਦੇ ਸੁੱਖ ਦਾ ਰਾਹ ਹੈ ਔਰ ਦੁੱਖ ਨੂੰ ਦੂਰ ਕਰਨ ਦਾ ਇਲਾਜ ਦੱਸਿਆ, ਤਿਸ ਕਾ ਹੁਕਮ ਬੂਝ ਸੁੱਖ ਹੋਏ। ਗੁਰੂ ਸਾਹਿਬ ਦਾ ਜੋ ਹੁਕਮ ਹੈ ਤੈਨੂੰ ਕਿ ਇਹ ਇਹ ਤੇਰੇ ਵਿੱਚ ਗੁਣ ਹੋਣੇ ਚਾਹੀਦੇ ਨੇ, ਤੇਰੇ ਮਨ ਦੀ ਦਸ਼ਾ ਕਿਵੇਂ ਦੀ ਰਹਿਣੀ ਚਾਹੀਦੀ, ਭਾਵਨਾ ਕਿਵੇਂ ਦੀ ਹੋਣੀ ਚਾਹੀਦੀ, ਉਹਨੂੰ ਅਖਤਿਆਰ ਕਰ, ਉਹਨੂੰ ਆਪਣੇ ਜੀਵਨ ਵਿੱਚ ਧਾਰਨ ਕਰ, ਗੁਰੂ ਦੀ ਸਿੱਖਿਆ ਨੂੰ ਉਹਦੇ ਅਨੁਸਾਰ ਆਪਣਾ ਜੀਵਨ ਨੂੰ ਢਾਲ, ਅਤੇ ਜਦੋਂ ਉਸ ਸਿੱਖਿਆ ਦੇ ਅਨੁਸਾਰ ਤੂੰ ਤੁਰੇਗਾ, ਉਹਦਾ ਹੁਕਮ ਬੁੱਝ ਲਏਗਾ, ਅਤੇ ਉਸ ਵੇਲੇ ਤੇਰੀ ਜ਼ਿੰਦਗੀ ਵਿੱਚ ਸੁੱਖ ਆਉਣਾ ਸ਼ੁਰੂ ਹੋ ਜਾਏਗਾ, ਆਪਣੇ ਆਪ ਸੁੱਖ ਆ ਜਾਏਗਾ।
ਤਿਸਕਾ ਹੁਕਮ ਬੂਝ ਸੁੱਖ ਹੋਏ, ਪਰ ਉਹਦਾ ਹੁਕਮ ਬੁੱਝਣਾ ਕੀ ਹੈ, ਉਹਦੇ ਵਾਸਤੇ ਕੀ ਕਰਨਾ ਪਏਗਾ? ਹਜ਼ੂਰ ਕਹਿੰਦੇ ਤਿਸਕਾ ਨਾਮ ਰੱਖ ਕੰਠ ਪਰੋਏ, ਕੰਠ ਪਰੋਏ। ਕਹਿੰਦੇ ਉਹਦੇ ਨਾਮ ਨੂੰ ਇਸ ਤਰ੍ਹਾਂ ਯਾਦ ਰੱਖ, ਇਸ ਤਰ੍ਹਾਂ ਜਪ ਆਪਣੇ ਹਿਰਦੇ ਵਿੱਚ, ਜਿਵੇਂ ਕੋਈ ਗਲੇ ਦੇ ਵਿੱਚ ਕੱਪੜਾ ਪਾਇਆ ਹੁੰਦਾ ਹੈ। ਕੰਠ ਪਰੋਏ ਇਹ ਸ਼ਬਦ ਵਰਤਿਆ ਜਾਂਦਾ ਨਾ, ਪੰਜਾਬੀ ਦੇ ਬੜੇ ਪਿਆਰੇ ਸ਼ਬਦ ਨੇ। ਪਿੰਡਾਂ ਵਿੱਚ ਕਹਿੰਦੇ ਵੀ ਗਲ ਕੁਝ ਪਾ ਲੈ, ਗਲ ਸ਼ਬਦ ਵਰਤਿਆ ਜਾਂਦਾ। ਕਿਸੇ ਨੇ ਕੱਪੜਾ ਕਮੀਜ਼ ਪਾਉਣਾ ਹੋਵੇ, ਉਹਨਾਂ ਨੂੰ ਇੱਥੇ ਇਹ ਨਹੀਂ ਕਹਿੰਦੇ ਪਹਿਨ ਲੈ ਕਮੀਜ਼, ਉਹਨਾਂ ਦੀ ਸਿੱਧੀ ਭਾਸ਼ਾ ਉਹ ਕਹਿੰਦੇ ਕੱਪੜਾ ਪਾ ਕੋਈ ਗਲ, ਠੰਡ ਬੜੀ ਹੈ। ਗਲ ਦਾ ਅਰਥ ਕੰਠ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਨਾਮ ਨੂੰ ਇਸ ਤਰ੍ਹਾਂ ਧਾਰਨ ਕਰ ਲੈ ਜ਼ਿੰਦਗੀ ਵਿੱਚ ਜਿਵੇਂ ਤੂੰ ਕਮੀਜ਼ ਪਾਇਆ ਹੋਇਆ ਹੈ। ਪਾ ਲਿਆ ਸਾਰਾ ਦਿਨ ਲਾਉਂਦਾ ਨਹੀਂ ਨਾ, ਪਾ ਕੇ ਰੱਖਦਾ, ਹੰਡਾਉਂਦਾ ਹੈ। ਇਸ ਤਰ੍ਹਾਂ ਉਹਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ, ਫਿਰ ਤੈਨੂੰ ਹੁਕਮ ਦਾ ਪਤਾ ਲੱਗ ਜਾਏਗਾ ਅਤੇ ਤੈਨੂੰ ਸੁੱਖ ਹੋਏਗਾ। ਤਿਸਕਾ ਨਾਮ, ਤਿਸਕਾ ਹੁਕਮ ਬੂਝ ਸੁੱਖ ਹੋਏ, ਤਿਸਕਾ ਨਾਮ ਰੱਖ ਕੰਠ ਪਰੋਏ। ਪਰੋ ਲੈ ਆਪਣੇ ਕੰਠ ਦੇ ਵਿੱਚ, ਗਲੇ ਦੇ ਵਿੱਚ, ਮਨ ਦੇ ਵਿੱਚ ਰਸਨਾ ਅਤੇ ਨਾਮ ਨੂੰ ਟਿਕਾ। ਹਜ਼ੂਰ ਕਹਿੰਦੇ ਸਿਮਰ 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 ਪ੍ਰਭ ਸੋਏ, ਨਾਨਕ ਵਿਘਨ ਨ ਲਾਗੈ ਕੋਈ। ਉਹਦਾ ਸਿਮਰਨ ਕਰ, ਉਹਦਾ ਸਿਮਰਨ ਕਰ। ਤਿੰਨ ਵਾਰੀ ਕਿਹਾ ਉਸਦਾ ਸਿਮਰਨ ਕਰ। ਇਹ ਪਰਪੱਕ ਕਰਾਇਆ, ਪੱਕਾ ਕਰਾਇਆ, ਕਿਤੇ ਭੁੱਲ ਨਾ ਜਾਏ। ਦ੍ਰਿੜ ਕਰਾਇਆ ਗਿਆ ਕਿ ਉਹਨੂੰ ਯਾਦ ਕਰ, ਉਸਨੂੰ ਯਾਦ ਕਰ, ਉਹਦਾ ਸਿਮਰਨ ਕਰ, ਤੈਨੂੰ ਫਿਰ ਕੋਈ ਵਿਘਨ ਨਹੀਂ ਲੱਗੇਗਾ। ਇਸ ਤਰ੍ਹਾਂ ਦੇ ਸਰੀਰ ਨੂੰ, ਇਸ ਤਰ੍ਹਾਂ ਦੇ ਮਨੁੱਖ ਨੂੰ ਵਿਘਨ ਦੇ ਵਿੱਚ ਪਾ ਦਿਓ। ਆ ਤੁਸੀਂ ਸੁਣਿਆ ਹੈ ਕਿ ਜਨਕ ਭਗਤੀ ਕਰਦੇ ਸਨ ਅਤੇ ਕਿਤੇ ਨਰਕਾਂ ਵੱਲ ਚਲੇ ਗਏ, ਨਰਕ ਠੰਡਾ ਹੋ ਗਿਆ, ਅੱਗ ਬਲਦੀ ਹੋਈ ਠੰਡੀ ਹੋ ਗਈ। ਸੱਚਾਈ ਹੈ, ਜਿੱਥੇ ਨਾਮ ਹੋਏਗਾ ਉਹ ਆਦਮੀ, ਜ਼ਰੂਰੀ ਨਹੀਂ ਵੀ ਉਸ ਪਾਰਲੇ ਨਰਕ ਵਿੱਚ ਜਾਏਗਾ, ਅਤੇ ਤਾਂ ਹੀ ਉਹ ਜਿੱਥੇ ਜਾਏਗਾ ਨਰਕ ਠੰਡਾ ਹੋ ਜਾਏਗਾ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਖੜ੍ਹੇ ਹਾਂ। ਜਿੱਥੇ ਅਸੀਂ ਜਾਂਦੇ ਹਾਂ ਉੱਥੇ ਨਰਕ ਠੰਡਾ ਹੁੰਦਾ ਹੈ ਕਿ ਨਰਕ ਬਣ ਜਾਂਦਾ ਜਿੱਥੇ ਜਾਂਦੇ ਹਾਂ? ਜਿੱਥੇ ਅਸੀਂ ਜਾਂਦੇ ਹਾਂ ਕਲੇਸ਼ ਘਟਦਾ ਕਿ ਵੱਧ ਜਾਂਦਾ ਬਹੁਤ ਜ਼ਿਆਦਾ? ਇਹਦਾ ਕੀ ਕਾਰਨ? ਕਿਤੇ ਨਾ ਕਿਤੇ ਸਾਡੇ ਵਿੱਚ ਕੋਈ ਕਮੀ ਹੈ। ਜਿਵੇਂ ਦੇ ਅਸੀਂ ਹਾਂ ਉਵੇਂ ਦਾ ਬਾਹਰ ਵਾਪਰੇਗਾ, ਖਿਆਲ ਰੱਖਣਾ। ਇਸ ਕਰਕੇ ਸਤਿਗੁਰੂ ਕਹਿੰਦੇ ਕਿ ਉਹਦਾ ਸਿਮਰਨ ਕਰਨ ਦੇ ਨਾਲ ਵਿਘਨ ਕੋਈ ਵੀ ਨਹੀਂ ਲੱਗਦਾ। ਜਿਹੜੀਆਂ ਰੁਕਾਵਟਾਂ ਹੁੰਦੀਆਂ ਨੇ ਗੁਰਮੁਖਾਂ ਦੇ ਜੀਵਨ ਵਿੱਚ, ਉਹ ਗੁਰੂ ਦੂਰ ਕਰ ਦਿੰਦਾ, ਉਹਨਾਂ ਦਾ ਸਹਾਈ ਹੁੰਦਾ ਹੈ। ਹਰ ਇੱਕ ਮੁਸੀਬਤ ਨੂੰ, ਹਰ ਇੱਕ ਵਿਘਨ ਨੂੰ ਉਹ ਖਤਮ ਕਰ ਦਿੰਦਾ ਹੈ। ਇਹਦੇ ਵਿੱਚ ਸਾਰੀਆਂ ਇਸ ਅਸ਼ਟਪਦੀ ਵਿੱਚ ਸਿੱਖਿਆਵਾਂ ਦਿੱਤੀਆਂ ਗਈਆਂ ਨੇ। ਹਜ਼ੂਰ ਕਹਿੰਦੇ ਉਸ ਤਤ ਮਨ ਮੈਂ ਕਰ ਨਿਰੰਕਾਰ। ਨਿਰੰਕਾਰ ਆਕਾਰ ਤੋਂ ਰਹਿਤ ਜੋ ਵਾਹਿਗੁਰੂ ਹੈ, ਉਹਦੀ ਉਸਤਤ, ਉਹਦੀ ਵਡਿਆਈ ਆਪਣੇ ਮਨ ਦੇ ਵਿੱਚ ਕਰਦਾ ਰਿਹਾ ਕਰ। ਨਿਰੰਤਰ ਜਿਹੜਾ ਮਨ ਕਦੀ ਚੁੱਪ ਕਰਦਾ ਹੀ ਨਹੀਂ, ਉਹਨੇ ਖਿਆਲ ਉਠਾਈ ਹੀ ਜਾਣੇ ਨੇ, ਉਸ ਮਨ ਦੇ ਵਿੱਚ ਦਿਨ ਰਾਤ ਉਹਦੀ ਉਸਤਤ ਕਰ, ਉਹਦੀ ਵਡਿਆਈ ਕਰ। ਸਾਹਿਬ ਕਹਿੰਦੇ ਕਰ ਮਨ ਮੇਰੇ ਸਤ ਵਿਵਹਾਰ। ਹੁਣ ਇਹ ਕੰਮ ਥੋੜ੍ਹਾ ਜਿਹਾ ਔਖਾ ਹੈ, ਜਪਣਾ ਵੀ ਸੌਖਾ ਜੇ, ਉਸਤਤ ਕਰਨੀ ਵੀ ਸੌਖੀ ਜੇ, ਕੀਰਤਨ ਕਰਨਾ, ਕਥਾ ਕਰਨੀ, ਪਾਠ ਕਰਨਾ, ਇਹ ਕੰਮ ਜਿਹੜਾ ਅਸੀਂ ਕਰ ਸਕਦੇ ਹਾਂ। ਪਰ ਆ ਜਿਹੜੀ ਅਗਲੀ ਪੰਕਤੀ ਹੈ ਨਾ, ਕਰ ਮਨ ਮੇਰੇ ਸਤ ਵਿਵਹਾਰ, ਵਿਵਹਾਰ ਦਾ ਅਰਥ ਹੈ ਵਰਤਣਾ। ਜਿਵੇਂ ਤੂੰ ਦੂਜਿਆਂ ਨਾਲ ਵਰਤਾਵ ਕਰਨਾ ਨਾ, ਉਹ ਬਹੁਤ ਸੋਹਣਾ ਹੋਣਾ ਚਾਹੀਦਾ, ਬੜੇ ਸਲੀਕੇ ਵਾਲਾ, ਬੜੀ ਧੀਰਜ ਵਾਲਾ। ਕਿਉਂਕਿ ਇਹ ਸਰੀਰ ਨੇ ਜਿਨ੍ਹਾਂ ਵਿੱਚ ਉਹ ਵੱਸਦਾ ਹੈ, ਜਿਹਦੀ ਤੂੰ ਖੋਜ ਕਰ ਰਿਹਾ, ਤਾਂ ਇਹਨਾਂ ਦਾ ਜਿਹੜਾ ਤ੍ਰਿਸਕਾਰ ਕਰੇਗਾ, ਫਿਰ ਤੂੰ ਉਸਨੂੰ ਕਿਵੇਂ ਖੁਸ਼ ਕਰ ਸਕੇਗਾ? ਤਾਂ ਇਸ ਤਰ੍ਹਾਂ ਵਿਵਹਾਰ ਦੇ ਅਰਥ ਨੇ ਕਿ ਤੇਰਾ ਲੈਣ ਦੇਣ ਠੀਕ ਹੋਣਾ ਚਾਹੀਦਾ ਬਾਜ਼ਾਰ ਦੇ ਵਿੱਚ, ਤੂੰ ਧੋਖੇਬਾਜ਼ ਨਹੀਂ ਹੋਣਾ ਚਾਹੀਦਾ, ਜਿਹੜਾ ਕੰਮ ਕਰੇ ਉਹ ਠੀਕ ਹੋਣਾ ਚਾਹੀਦਾ। ਮੈਂ ਤਾਂ ਕਈ ਵਾਰੀ ਸੋਚਣਾ ਸਾਧ ਸੰਗਤ, ਆ ਵਿਦੇਸ਼ ਵਿੱਚ ਕਦੀ ਕਦਾਈ ਜਾਈਦਾ ਅਤੇ ਉੱਥੋਂ ਦੇ ਲੋਕਾਂ ਦਾ ਵਿਹਾਰ ਵੇਖੀਦਾ, ਜਿਹੜਾ ਵਰਤਾਵ ਕਰਦੇ, ਜਦੋਂ ਉਹਨਾਂ ਦਾ ਵਰਤਾਵ ਵੇਖੀਦਾ ਤਿੰਜ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨਾ ਲੈ ਲਈ।
ਉਹਨਾਂ ਦਾ ਕੋਈ ਵੀ ਆਦਮੀ ਤੁਸੀਂ ਆਪਣੇ ਘਰ ਦਾ ਕੋਈ ਵੀ ਕੰਮ ਕਰਾਉਣਾ, ਜਿਹਨੇ ਕੰਮ ਕਰਨਾ ਉਹਨੇ ਤਨ ਦੇਹੀ ਨਾਲ ਪੂਰਾ ਪੂਰਾ ਮਨ ਲਾ ਕੇ ਕਰਨਾ, ਭਾਵੇਂ ਕਿ ਉਹ ਕਾਨੂੰਨ ਵਿੱਚ ਬੱਝੇ ਹੋਏ ਡਰਦੇ ਕਰਨ, ਇਹ ਗੱਲ ਵੱਖਰੀ। ਪਰ ਜਿਹੜਾ ਵੀ ਤੁਸੀਂ ਕੰਮ ਕਰਾਓਗੇ ਉਹਦੇ ਵਾਸਤੇ ਤੁਹਾਨੂੰ ਇਹ ਨਹੀਂ ਵੀ ਉਹਦੇ ਪਿੱਛੇ ਫਿਰਨਾ ਪਏਗਾ, ਜਾਂ ਉਹ ਕੰਮ ਅੱਧਾ ਕਰ ਜਾਏਗਾ ਅਤੇ ਪਰਤ ਕੇ ਫਿਰ ਤੁਹਾਨੂੰ ਕਰਾਉਣਾ ਪਏਗਾ। ਪਰ ਜਦੋਂ ਅਸੀਂ ਆਪਣੇ ਦੇਸ਼ ਵੱਲ, ਆਪਣੇ ਜੀਵਨ ਵਿੱਚ, ਆਪਣੇ ਇੱਥੇ ਲੈਣ ਦੇਣ ਵਿੱਚ ਝਾਤੀ ਪਾਉਂਦੇ ਹਾਂ, ਅਸੀਂ ਬਾਣੀ ਸਾਰੇ ਪੜ੍ਹਦੇ ਹਾਂ, ਨਿਤਨੇਮ ਸਾਰੇ ਕਰਦੇ ਹਾਂ, ਪਰ ਸਾਡੇ ਚਿਹਰਿਆਂ 'ਤੇ ਉਹ ਗੱਲਾਂ ਆਉਂਦੀਆਂ ਕਿਉਂ ਨੇ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀਆਂ? ਕਿਉਂਕਿ ਸਾਡਾ ਜਿਹੜਾ ਵਰਤਾਵ ਹੈ ਨਾ ਇੱਕ ਦੂਜੇ ਦੇ ਨਾਲ, ਅਸੀਂ ਇੱਕ ਦੂਜੇ ਨੂੰ ਅੰਦਰੋਂ ਅੰਦਰੋਂ ਧੋਖਾ ਦੇਣ ਦਾ ਯਤਨ ਕਰਦੇ ਰਹਿੰਦੇ। ਜਿਹੜਾ ਅਸੀਂ ਕੰਮ ਕਰਨੇ ਉਹਦੇ ਵਿੱਚ ਅਧੂਰਾਪਣ ਹੁੰਦਾ, ਅੱਧਾ ਹੁੰਦਾ ਕੰਮ, ਕਿਤੇ ਨਾ ਕਿਤੇ ਢਿੱਲਾ ਕਰ ਦਿੰਦੇ ਹਾਂ ਤਾਂ ਕਿ ਪਰਤ ਕੇ ਆਉਣ ਵਾਲੇ ਬਣੀਏ। ਇਹ ਨੁਕਸ ਹੈ ਸਾਡੇ ਜੀਵਨ ਵਿੱਚ। ਸਾਨੂੰ ਪਤਾ ਅਸੀਂ ਕਿੱਥੇ ਗਲਤ ਹਾਂ, ਵੈਸੇ ਕਹਿ ਰਹੇ ਹਾਂ ਕੁਝ ਨਹੀਂ ਬਣਦਾ। ਕਈ ਵਾਰੀ ਕਹਿੰਦੇ ਹਾਂ ਜੀ ਧਰਮੀ ਤਾਂ ਪਹਿਲੇ ਲੋਕ ਸਨ, ਹੁਣ ਧਰਮ ਤਾਂ ਹੁਣ ਵੀ ਹੈ ਪਰ ਕਮਾਵਾਂਗੇ ਤਾਂ ਹੀ ਆਉਣਾ ਨਾ ਧਰਮ ਨੇ। ਜੇ ਸਾਡੇ ਹਰ ਇੱਕ ਕੰਮ ਦੇ ਵਿੱਚ ਬੇਈਮਾਨੀ ਹੋਵੇਗੀ, ਅਸੀਂ ਆਪਣੇ ਡਿਊਟੀ 'ਤੇ ਖੜੇ ਨਹੀਂ ਹੋਏ, ਜਿਹੜਾ ਕੰਮ ਕੀਤਾ ਬੇਨਿਜ਼ਤੀ ਨਾਲ ਕੀਤਾ, ਅੱਧਾ ਕੀਤਾ ਅਤੇ ਮਾਇਆ ਪੂਰੀ ਲੈ ਲਈ, ਫਿਰ ਉੱਥੇ ਕਿਵੇਂ ਕਰੇਗਾ ਕੰਮ? ਬਾਣੀ ਕਿਵੇਂ ਕੰਮ ਕਰੇਗੀ? ਬਾਣੀ ਨੇ ਕੰਮ ਕਰਨਾ ਨੇਕ ਨਿਯਤੀ ਦੇ ਨਾਲ, ਖਿਆਲ ਰੱਖੋ। ਅਸੀਂ ਇਸ ਚੀਜ਼ ਤੋਂ ਉਹਲੇ ਚਲੇ ਗਏ, ਪਾਸੇ ਚਲੇ ਗਏ। ਸਾਡਾ ਜਿਹੜਾ ਕਾਰੋਬਾਰ ਹੈ, ਧੰਦਾ ਹੈ, ਵਰਤਾਵ ਹੈ ਪਰਿਵਾਰ ਵਿੱਚ, ਸੰਸਾਰ ਵਿੱਚ, ਉਹ ਸ਼ੁੱਧ ਨਹੀਂ। ਉਹਦੇ ਵਿੱਚ ਬੇਈਮਾਨੀ ਹੈ, ਝੂਠ ਹੈ, ਧੋਖਾ ਹੈ, ਫਰੇਬ। ਉੱਪਰੋਂ ਅਸੀਂ ਬੜੇ ਵੱਡੇ ਕੰਮ ਕਰਨੇ ਆ ਧਰਮ ਦੇ, ਅਤੇ ਉਹਦੇ ਵਿੱਚ ਤਾਂ ਹੀ ਫਲ ਨਹੀਂ ਮਿਲਦਾ। ਸਤਿਗੁਰੂ ਨੇ ਦੋਵੇਂ ਚੀਜ਼ਾਂ ਕਹੀਆਂ, ਕਹਿੰਦੇ ਉਹਦਾ ਨਾਮ ਵੀ ਜਪ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤਿ ਵਿਵਹਾਰ। ਤੇਰਾ ਵਰਤਾਵ ਜਿਹੜਾ ਉਹ ਵੀ ਚੰਗਾ ਹੋਣਾ ਚਾਹੀਦਾ। ਹਜ਼ੂਰ ਕਹਿੰਦੇ ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੇ ਜੀਓ। ਆਪਣੀ ਰਸਨਾ ਨੂੰ ਨਾਮ ਦੁਆਰਾ ਨਿਰਮਲ ਕਰ ਲੈ। ਨਿਰਮਲ ਦਾ ਮਤਲਬ ਝੂਠ ਤੋਂ ਬਚਾ ਕੇ ਰੱਖ ਇਸ ਰਸਨਾ ਨੂੰ, ਨਿੰਦਿਆ ਤੋਂ ਬਚਾ ਕੇ ਰੱਖ, ਫਿਰ ਇਹਦੇ ਨਾਲ ਤੂੰ ਨਾਮ ਜਪੇਂਗਾ ਅਤੇ ਅੰਮ੍ਰਿਤ ਪੀਵੇਂਗਾ। ਅੰਮ੍ਰਿਤ ਨੂੰ ਪੀਓ ਅਤੇ ਆਪਣੀ ਜਿੰਦ ਨੂੰ ਸਦਾ ਹੀ ਸੁਹੇਲੇ ਭਾਵ ਸੁਖੀ ਕਰ ਲਓ। ਹਜ਼ੂਰ ਕਹਿੰਦੇ ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ। ਇਹਨਾਂ ਅੱਖਾਂ ਦੇ ਨਾਲ ਅਕਾਲ ਪੁਰਖ ਦਾ ਰੰਗ ਚੌਵਾਂ ਪਾਸੇ ਵੇਖ, ਉਹਦੇ ਜਲਵੇ ਦੇ ਦੀਦਾਰ ਕਰ, ਅਤੇ ਸਾਧ ਸੰਗਤ ਵਿੱਚ ਸਾਰੇ ਸੰਗ ਬਿਣਸ ਜਾਂਦੇ ਹਨ। ਗੁਰੂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਸਾਰੇ ਹੀ ਸੰਗ ਭਾਵ, ਵਾਧੂ ਦੀ ਸੰਗਤ ਨਸ਼ਟ ਹੋ ਜਾਂਦੀ ਹੈ, ਇੱਕੋ ਸੰਗਤ ਬਚਦੀ। ਚਰਨ ਚਲੋ ਮਾਰਗ ਗੋਬਿੰਦ, ਮਿਟੈ ਹੈ ਪਾਪ ਜਪੀਐ ਹਰ ਬਿੰਦ। ਇੱਕ ਬਿੰਦ ਵੀ ਟਿਕ ਕੇ, ਇੱਕ ਪਲ ਵੀ ਚੰਗੀ ਤਰ੍ਹਾਂ ਜਿਹੜੇ ਮਨੁੱਖ ਉਹਦਾ ਨਾਮ ਜਪਦੇ ਨੇ, ਉਹਨਾਂ ਦੇ ਸਾਰੇ ਪਾਪ ਅਤੇ ਦੁੱਖ ਖਤਮ ਹੋ ਜਾਂਦੇ ਨੇ। ਜਿਹੜੇ ਆਪਣੇ ਪੈਰਾਂ ਦੁਆਰਾ ਪਰਮਾਤਮਾ ਦੇ ਮਾਰਗ 'ਤੇ ਤੁਰਦੇ ਨੇ, ਉਹਦੇ ਰਾਹ 'ਤੇ ਸਫ਼ਰ ਕਰਦੇ ਨੇ, ਉਹਨਾਂ ਦੇ ਚਰਨ ਸਫਲ ਹੋ ਜਾਂਦੇ ਹਨ, ਔਰ ਜਿਹੜੇ ਰਸਨਾ ਦੁਆਰਾ ਜਪਦੇ ਨੇ ਉਹਨਾਂ ਦੇ ਪਾਪ ਜਿਹੜੇ ਨੇ ਖਤਮ ਹੋ ਜਾਂਦੇ ਨੇ। ਹਜ਼ੂਰ ਕਹਿੰਦੇ ਕਰ ਹਰ ਕਰਮ, ਕਰ ਦੇ ਇੱਥੇ ਅਰਥ ਹੋਣਗੇ ਹੱਥ, ਕਰ ਆਪਣੇ ਹੱਥਾਂ ਦੇ ਨਾਲ ਸ਼ੁਭ ਕਰਮ ਕਰ, ਚੰਗੇ ਕੰਮ ਕਰ। ਸਰਵਨ ਹਰ ਕਥਾ, ਆਪਣੇ ਕੰਨਾਂ ਦੇ ਨਾਲ ਵਾਹਿਗੁਰੂ ਦੀ ਕਥਾ ਸੁਣ, ਉਹਦੀ ਉਸਤਤ ਨੂੰ ਸੁਣਿਆ ਕਰ। ਹਜ਼ੂਰ ਕਹਿੰਦੇ ਹਰ ਦਰਗਹਿ ਨਾਨਕ ਉਜਲ ਮੱਥਾ, ਇਸ ਤਰ੍ਹਾਂ ਤੇਰਾ ਮੱਥਾ ਜਿਹੜਾ ਹੈ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਉਜਲ ਭਾਵ ਤੋਂ ਨਿਸ਼ਚਿੰਤ ਹੋ ਕੇ ਉਹਦੇ ਘਰ ਵਿੱਚ ਥਾਂ ਪ੍ਰਾਪਤ ਕਰ ਲਏਗਾ। ਜੇ ਇਸ ਤਰ੍ਹਾਂ ਉੱਪਰ ਵਾਲੇ ਸਾਰੇ ਕਾਰਜ ਠੀਕ ਤਰੀਕੇ ਨਾਲ ਕੀਤੇ ਜਾਣਗੇ। ਹਜ਼ੂਰ ਕਹਿੰਦੇ ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਉਹ ਮਨੁੱਖ ਵੱਡੇ ਭਾਗਾਂ ਵਾਲੇ ਹਨ ਇਸ ਜਗਤ ਦੇ ਵਿੱਚ, ਉਹਨਾਂ ਦਾ ਜੀਵਨ ਭਾਗਸ਼ਾਲੀ ਹੈ, ਬਹੁਤ ਮਹਾਨ ਹੈ, ਜਿਹੜੇ ਸਦਾ ਹੀ
निरंतर अकाल पुरख की मुहब्बत विच प्यार विच उहदे गुणां नूं उहदियां बख्शां नूं अपने जीवन विच गाहे रसना तों गाउंदे ने और हिरदे दे विच गह कर लैंदे ने, धारण कर लैंदे, पकड़ लैंदे हन। ऐसे मनुख बड़े ही भागशाली वड्डी किस्मत वाले हन। हजूर कहिंदे राम नाम जो कर है विचार से तनवंत गनी संसार। जेड़े अकाल पुरख दे नाम दी विचार करदे रहिंदे, अपने विचारां दे विच उहदी उस्तत करदे रहिंदे ने, ਉਹ ਮਨੁੱਖ ਐਸੇ ਧਨ ਨੂੰ ਪ੍ਰਾਪਤ ਕਰ ਲੈਂਦੇ ਨੇ ਜੋ ਦਿਸਣ ਵਿੱਚ ਨਹੀਂ ਆਉਂਦਾ। ਬੜੇ ਬੜੇ ਵੱਡੇ ਖਜ਼ਾਨੇ ਅਦ੍ਰਿਸ਼ਟ ਜੋ ਦਿਸਦੇ ਨਹੀਂ ਉਹਨਾਂ ਦੇ ਖਜ਼ਾਨੇ ਦੇ ਵਿੱਚ ਭਰੇ ਜਾਂਦੇ ਨੇ। ਉਹਨਾਂ ਦਾ ਖਜ਼ਾਨਾ ਨਾਮ ਨਾਲ ਭਰਪੂਰ ਹੋ ਜਾਂਦਾ ਜਿਹੜੇ ਅਕਾਲ ਪੁਰਖ ਦੇ ਨਾਮ ਦੀ ਵਿਚਾਰ ਕਰਦੇ ਨੇ। ਸੇ ਧਨਵੰਤ ਗਣੀ ਗਿਣੇ ਜਾਂਦੇ ਹਨ, ਬਹੁਤ ਹੀ ਧਨਵਾਨ ਸੰਸਾਰ ਵਿੱਚ ਗਿਣੇ ਜਾਂਦੇ ਨੇ। ਹਜ਼ੂਰ ਕਹਿੰਦੇ ਮਨ ਤਨ ਮੁਖ ਬੋਲੇ ਹੈ ਹਰ ਮੁਖੀ। ਆਮ ਤੌਰ 'ਤੇ ਬੰਦੇ ਦੀ ਇੱਕ ਖੁਆਇਸ਼ ਹੁੰਦੀ ਹੈ ਕਿ ਮੈਂ ਕਿਤੇ ਸਾਰਿਆਂ ਦਾ ਮੁਖੀ ਹੋਵਾਂ, ਸਾਰਿਆਂ ਦਾ ਮੁੱਖ ਵਿਸ਼ੇਸ਼, ਸਾਰੀ ਮਸ਼ੀਨਰੀ ਮੇਰੇ ਆਲੇ ਦੁਆਲੇ ਘੁੰਮੇ। ਫਰਕ ਪੈ ਜਾਂਦਾ ਸਾਧ ਸੰਗਤ, ਇੱਕ ਬੰਦੇ ਦੇ ਨਾਲ ਚਾਰ ਬੰਦੇ ਤੁਰਨ ਤੋਰ ਵਿੱਚ ਫਰਕ ਪੈਂਦਾ। ਇਹ ਚਾਹਤ ਹੈ ਬੰਦੇ ਦੀ, ਸੰਸਾਰ ਮੇਰੇ ਦੁਆਲੇ ਘੁੰਮੇ। ਹਜ਼ੂਰ ਨੇ ਕਿਹਾ ਸੰਸਾਰ ਤੇਰੇ ਦੁਆਲੇ ਘੁੰਮੇਗਾ, ਤੂੰ ਉਹਦੇ ਦੁਆਲੇ ਘੁੰਮੇਗਾ ਤਾਂ, ਤੂੰ ਉਹਦੇ ਨਾਲ ਪ੍ਰੇਮ ਕਰੇਗਾ ਸੰਸਾਰ ਤੇਰੇ ਦੁਆਲੇ। ਇਸ ਤਰੀਕੇ ਦੇ ਨਾਲ ਉਹ ਮੁਖੀ ਹੋ ਗਏ। ਮਨ ਤਨ ਮੁੱਖ ਬੋਲੇ ਹਰ ਮੁਖੀ, ਜਿਹੜੇ ਆਪਣੇ ਮਨ ਵਿੱਚ ਅਤੇ ਤਨ ਦੁਆਰਾ ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ ਉਹ ਲੋਕ ਕਹਿੰਦੇ ਮੁੱਖ ਹੋ ਗਏ ਸੰਸਾਰ ਵਿੱਚ, ਪੰਚ ਪ੍ਰਵਾਨ ਹੋ ਗਏ, ਚੁਣੇ ਹੋਏ ਹਨ। ਹਜ਼ੂਰ ਕਹਿੰਦੇ ਸਦਾ ਸਦਾ ਜਾਨੋ ਤੇ ਸੁਖੀ। ਉਹ ਸਦੀਵ ਕਾਲ ਇੱਕ ਐਸੇ ਸੁੱਖ ਨੂੰ ਪ੍ਰਾਪਤ ਕਰ ਲੈਂਦੇ ਹਨ ਜਿਹੜਾ ਸੁੱਖ ਕਿਸੇ ਤੋਂ ਮੰਗ ਕੇ ਨਹੀਂ ਲਿਆ ਜਾਂਦਾ। ਕਿਉਂਕਿ ਇੱਕ ਗੱਲ ਖਿਆਲ ਰੱਖਣਾ, ਜਿਹੜੀਆਂ ਚੀਜ਼ਾਂ ਅਸੀਂ ਬਾਹਰੋਂ ਪ੍ਰਾਪਤ ਕਰਨੇ ਆ ਉਹ ਬਿਲਕੁਲ ਨਹੀਂ ਰਹਿਣਗੀਆਂ, ਇਹ ਪੱਕਾ ਵਿਗਿਆਨ ਧਾਰਨ ਕਰ ਲੈਣਾ। ਜਿਹੜੀ ਵਸਤੂ ਅਸੀਂ ਬਾਹਰੋਂ ਲੈ ਰਹੇ ਹਾਂ ਨਾ, ਕਿਸੇ ਤੋਂ ਵੀ, ਭਾਵੇਂ ਪਰਿਵਾਰ ਕੋਲੋਂ ਕਿਉਂ ਨਾ ਲੈਂਦੇ ਹੋਈਏ, ਪੁੱਤਰਾਂ ਤੋਂ ਸਤਿਕਾਰ ਮਿਲ ਰਿਹਾ, ਭਰਾਵਾਂ ਤੋਂ ਮਿਲ ਰਿਹਾ, ਸੰਸਾਰ ਤੋਂ ਮਿਲ ਰਿਹਾ, ਇਹ ਖਿਆਲ ਕਰਨਾ ਵੀ ਇਹ ਵਾਪਸ ਲੈ ਲਿਆ ਜਾਏਗਾ, ਇਹਦੇ ਉੱਤੇ ਬਹੁਤਾ ਨਿਸ਼ਚਿੰਤ ਨਾ ਹੋਣਾ। ਸਾਡੇ ਕੋਲ ਉਹ ਹੀ ਰਹਿ ਸਕਦਾ ਜੋ ਸਾਡੇ ਆਪਣੇ ਅੰਦਰ ਹੈ, ਬਸ ਉਹਦੇ 'ਤੇ ਯਕੀਨ ਕਰਨਾ। ਇਸ ਲਈ ਜਿਨ੍ਹਾਂ ਨੂੰ ਅਕਾਲ ਪੁਰਖ ਨੇ ਆਪਣੀ ਉਸਤਤ ਵਡਿਆਈ ਬਖਸ਼ਿਸ਼ ਕੀਤੀ ਉਹ ਅੰਦਰੋਂ ਇੰਨੇ ਗਨੀਮ ਹੋ ਗਏ, ਇੰਨੇ ਸਾਧ ਸੰਗਤ ਧਨਵਾਨ ਹੋ ਗਏ, ਉਹ ਬਾਹਰਲੀਆਂ ਚੀਜ਼ਾਂ ਨੂੰ ਪ੍ਰਵਾਨ ਤਾਂ ਕਰੀ ਜਾਂਦੇ ਨੇ, ਪਤਾ ਹੈ ਅਮਾਨਤ ਹੈ ਇਹਨਾਂ ਨੇ ਵਾਪਸ ਲੈ ਲੈਣੀ। ਅੱਜ ਜਿਹੜੇ ਲੋਕ ਨਾਲ ਤੁਰਦੇ ਨੇ ਕੀ ਪਤਾ ਕੱਲ੍ਹ ਨੂੰ ਕਿਵੇਂ ਚੱਲੇਗਾ, ਇਸ ਤਰ੍ਹਾਂ ਦੀ ਅਵਸਥਾ ਵਿੱਚ ਉਹ ਰਹਿੰਦੇ ਨੇ। ਉਹ ਚੀਜ਼ਾਂ ਕਿਸੇ ਦੀਆਂ ਦੇ ਉੱਤੇ ਭਰੋਸਾ ਕਰਨ ਦੀ ਗਲਤੀ ਨਹੀਂ ਕਰਦੇ, ਕਿਉਂਕਿ ਕਿਸੇ ਦਾ ਕੁਝ ਵੀ ਸਾਡੇ ਕੰਮ ਨਹੀਂ ਆਏਗਾ, ਉਹ ਹੀ ਸਾਡੇ ਕੰਮ ਆਏਗਾ ਜੋ ਸਾਡੇ ਅੰਦਰ ਹੈ, ਕੋਲ ਹੈ। ਤਾਂ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਸਦੀਵ ਇੱਕ ਸੁੱਖ ਦੀ ਪ੍ਰਾਪਤੀ ਕਰ ਲੈਂਦੇ ਹਨ। ਹਜ਼ੂਰ ਕਹਿੰਦੇ ਕੋ ਏਕ ਏਕ ਪਛਾਣੈ। ਪਛਾਣ ਆਉਣੀ ਬੜੀ ਵੱਡੀ ਗੱਲ ਹੈ, ਕਈ ਵਾਰੀ ਸਾਨੂੰ ਕਿਸੇ ਦੀ ਪਹਿਚਾਣ ਕੋਈ ਨਹੀਂ ਆਉਂਦੀ। ਕਹਿੰਦੇ ਜਿਨ੍ਹਾਂ ਨੇ ਪਹਿਚਾਣ ਲਿਆ ਕਿ ਪਰਮਾਤਮਾ ਹੇਤ ਸਾਰਿਆਂ ਦੇ ਵਿੱਚੋਂ ਉਹਨੂੰ ਲੱਭ ਲਿਆ, ਪਹਿਚਾਣ ਕਰ ਲਈ, ਇੱਤ ਉੱਤ ਕੀ ਉਹ ਸੋਝੀ ਜਾਣੈ, ਉਹਨਾਂ ਨੂੰ ਇੱਥੋਂ ਦੀ ਅਤੇ ਪਰਲੋਕ ਦੀ ਸੋਝੀ ਹੁੰਦੀ ਹੈ ਕਿ ਇਸ ਸੰਸਾਰ ਵਿੱਚ ਕੀ ਹੈ ਅਤੇ ਅੱਗੇ ਕੀ ਹੈ, ਸਾਰੇ ਕੁਝ ਨੂੰ ਉਹ ਜਾਣ ਲੈਂਦੇ ਨੇ, ਸੋਝੀ ਪ੍ਰਾਪਤ ਕਰ ਲੈਂਦੇ ਹਨ। ਨਾਮ ਸੰਗ ਜਿਸ ਕਾ ਮਨ ਮਾਨਿਆ। ਹੁਣ ਮਨ ਨਾਮ ਵਿੱਚ ਮੰਨੇ ਅਤੇ ਉੱਥੋਂ ਗੱਲ ਸ਼ੁਰੂ ਹੋਵੇਗੀ, ਜ਼ਰੂਰੀ ਨਹੀਂ ਜਪਣਾ ਹੋਰ ਚੀਜ਼ ਹੈ, ਮਨ ਦਾ ਮਨ ਜਾਣਾ 100% ਮਨ ਕਵੇ ਵੀ ਵਾਕਈ ਜੋ ਮੈਂ ਜਪਿਆ ਉਹਦੇ ਵਿੱਚ ਕੁਝ ਹੈ, ਅਤੇ ਫਿਰ ਗੱਲ ਸ਼ੁਰੂ ਹੋਵੇਗੀ। ਮਨ ਨੂੰ ਮਨਾਉਣਾ ਇਹਦੇ ਵਿੱਚ ਅਤ ਜ਼ਰੂਰੀ ਹੈ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿੰਨ ਹੈ ਨਿਰੰਜਨ ਜਾਣਿਆ। ਉਸ ਮਨੁੱਖ ਨੇ ਨਿਰਅੰਜਨ, ਅੰਜਨ ਦੇ ਅਰਥ ਨੇ ਕਾਲਕ ਸੁਰਮਾ, ਮਾਇਆ ਤੋਂ ਰਹਿਤ ਵਾਹਿਗੁਰੂ ਨੂੰ ਜਾਣ ਲਿਆ, ਉਹਨੂੰ ਪਹਿਚਾਣ ਲਿਆ,
ਹਜ਼ੂਰ ਕਹਿੰਦੇ ਗੁਰ ਪ੍ਰਸਾਦ ਆਪਣੇ ਆਪ ਸੁਝੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ। ਹੁਣ ਇਹ ਤਿੰਨ ਚੀਜ਼ਾਂ ਨੇ, ਇੱਕ ਸਾਡਾ ਆਪਣਾ ਆਪ, ਅਤੇ ਅਸੀਂ ਆਪਣੇ ਆਪ ਨੂੰ ਆਪ ਵੇਖਣਾ, ਅਤੇ ਉਹਦੇ ਵਿੱਚ ਇੱਕ ਸਾਧਨ ਚਾਹੀਦਾ। ਇਹ ਹੈ ਸਾਰੀ ਖੇਡ ਧਰਮ ਦੀ, ਇਹਦੇ ਤਿੰਨ ਚੀਜ਼ਾਂ 'ਤੇ ਖੜੀ ਹੋਈ ਸਾਰੀ ਸਾਧਨਾ ਇੱਥੇ ਖੜੀ ਹੈ। ਜਦੋਂ ਵੀ ਕਿਸੇ ਨੂੰ ਕੁਝ ਇਸ ਮਾਰਗ ਤੋਂ ਲੱਭਿਆ ਤਾਂ ਇੱਥੋਂ ਮਿਲਿਆ, ਆਪਣੇ ਆਪ ਦੇ ਵਿੱਚੋਂ, ਬਾਹਰੋਂ ਨਹੀਂ ਕਿਤੋਂ ਮਿਲਿਆ। ਕਿਉਂਕਿ ਮੈਂ ਇੱਕ ਉਦਾਹਰਨ ਦਿਆਂ, ਜਿੰਨੀਆਂ ਬਰਕਤਾਂ ਪਰਮਾਤਮਾ ਵਿੱਚ ਨੇ ਉਨੀਆਂ ਬਰਕਤਾਂ ਸਾਡੇ ਵਿੱਚ ਨੇ, ਖਿਆਲ ਰੱਖਣਾ। ਇਹ ਇੱਕ ਸਿਧਾਂਤ, ਇਹ ਇੱਕ ਵਿਗਿਆਨ ਹੈ। ਜਿੰਨੀ ਤਾਕਤ ਉਹਦੇ ਵਿੱਚ, ਉਨੀ ਤਾਕਤ ਸਾਡੇ ਸਾਰਿਆਂ ਦੇ ਸਰੀਰਾਂ ਵਿੱਚ, ਬਿਲਕੁਲ 100%, 1% ਵੀ ਘੱਟ ਨਹੀਂ ਹੈ। ਜੋ ਕੁਝ ਉਹਦੇ ਵਿੱਚ ਹੈ ਉਹ ਹੀ ਸਾਡੇ ਵਿੱਚ ਹੈ, ਅਸੀਂ ਮੰਨਾਂਗੇ ਨਹੀਂ। ਕਿਉਂਕਿ ਅਸੀਂ ਬਹੁਤ ਡਰੇ ਹੋਏ, ਕਮਜ਼ੋਰ, ਹੀਣ ਭਾਵ ਵਿੱਚ ਜਿਉਣ ਵਾਲੇ ਲੋਕ ਹੋ ਗਏ, ਦੱਬੇ ਹੋਏ, ਅਸੀਂ ਕਿਵੇਂ ਕਹਿ ਸਕਾਂਗੇ ਸਾਡੇ ਵਿੱਚ ਵੀ ਕੁਝ ਹੈ। ਹੁਣ ਇੱਥੇ ਆ ਕੇ ਜਿਹੜੀ ਪਹਿਲੀ ਤੁਕ ਸੀ ਨਾ ਵੀ ਸਿਆਣਪ ਛੱਡ ਦਿਓ, ਉਹਦੀ ਦਸ਼ਾ ਹੋਰ ਹੈ। ਇੱਥੇ ਗੁਰੂ ਸਾਹਿਬ ਆਪਣੀ ਸ਼ਕਤੀ ਦੀ ਗੱਲ ਕਰ ਰਹੇ ਨੇ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਇੱਕ ਬੰਦੇ ਦੇ ਸਰੀਰ ਵਿੱਚ 1.25 ਲੱਖ ਸਰੀਰ ਜਿੰਨੀ ਤਾਕਤ ਹੈ। ਇਹ ਵਿਗਿਆਨ ਹੈ, ਬਿਲਕੁਲ ਸੱਚ। ਮਨੁੱਖ ਦੀ ਸ਼ਕਤੀ ਅਸੀਮ ਹੈ, ਬਸ਼ਰਤੇ ਕਿ ਉਹਦੇ ਨਾਲ ਉਹ ਕਨੈਕਸ਼ਨ ਕਰ ਲਵੇ ਗੁਰੂ ਦੁਆਰਾ। ਹੁਣ ਲਾਈਟ ਜਿੰਨੀ ਮਰਜ਼ੀ ਭਰੀ ਹੋਵੇ, ਪਿੱਛੇ ਕਨੈਕਸ਼ਨ ਹੀ ਨਹੀਂ ਹੋ ਰਿਹਾ ਤਾਂ ਲਾਈਟ ਜਗੇਗੀ ਕਿਵੇਂ? ਸਾਡੇ ਬਲਬ ਬੁੱਝੇ ਕਿਉਂ ਹੋਏ ਨੇ? ਸਾਡੀਆਂ ਬੱਤੀਆਂ ਬੁੱਝੀਆਂ ਕਿਉਂ ਨੇ? ਇਸ ਕਰਕੇ ਨਹੀਂ ਬੁੱਝੀਆਂ ਕਿ ਸਾਡੇ ਵਿੱਚ ਸ਼ਕਤੀ ਨਹੀਂ ਹੈ। ਪਾਵਰਫੁੱਲ ਹੈ ਜੀਵਨ ਜਿਹੜਾ, ਬਸ ਸਾਡੇ ਕੁਨੈਕਸ਼ਨ ਨਹੀਂ ਹੋ ਰਹੇ, ਅਤੇ ਕੁਨੈਕਸ਼ਨ ਗੁਰੂ ਤੋਂ ਬਿਨਾਂ ਹੁੰਦੇ ਨੇ, ਗੁਰਪ੍ਰਸਾਦ ਤੋਂ ਬਿਨਾਂ ਹੁੰਦੇ ਨੇ, ਨਾਮ ਤੋਂ ਬਿਨਾਂ, ਸ਼ਬਦ ਤੋਂ ਬਿਨਾਂ। ਇੰਨੀ ਸ਼ਕਤੀ ਹੈ, ਗੁਰਪ੍ਰਸਾਦ ਆਪਣ ਆਪ ਸੁਝੈ। ਜਿੱਦਣ ਕੋਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਵੇਖ ਲੈ ਤਾਂ ਹੈਰਾਨ ਹੋ ਜਾਂਦਾ, ਮੈਂ ਤਾਂ ਬਾਹਰੋਂ ਲੱਭਦਾ ਫਿਰਦਾ, ਸ਼ਕਤੀ ਤਾਂ ਇੱਥੇ ਬਹੁਤ ਜ਼ਿਆਦਾ ਹੈ, ਤਾਕਤ ਤਾਂ ਇੱਥੇ ਬੜੀ। ਤਾਂ ਅਸੀਮ ਸ਼ਕਤੀ ਇਹਦੇ ਵਿੱਚੋਂ ਮੈਂ ਉਦਾਹਰਨ ਦੇ ਰਿਹਾ ਸੀ ਵੀ ਜਿੰਨੀ ਪਰਮਾਤਮਾ ਵਿੱਚ ਓਨੀ ਉਹਨੇ ਮਨੁੱਖ ਵਿੱਚ ਪਾਈ ਹੈ। ਇਹਦੀ ਇੱਕ ਸਪਸ਼ਟ ਉਦਾਹਰਨ ਹੈ ਜਿਹਨੂੰ ਕਬੀਰ ਜੀ ਕਹਿੰਦੇ ਨੇ, ਕਹੋ ਕਬੀਰ ਇਹ ਰਾਮ ਕੀ ਅੰਸ। ਅਤੇ ਤੁਸੀਂ ਵੇਖਿਆ ਹੋਵੇਗਾ ਇੱਕ ਮਨੁੱਖੀ ਬਾਪ ਦੇ ਘਰ ਵਿੱਚ ਜਿਹੜਾ ਬੱਚਾ ਪੈਦਾ ਹੁੰਦਾ ਹੈ, ਤੁਸੀਂ ਪੈਦਾ ਹੁੰਦਿਆਂ ਸਾਰ ਉਹਨੂੰ ਟੈਸਟ ਕਰਾਓ, ਜਿੰਨਾ ਕੁਝ ਉਹਦੇ ਬਾਪ ਦੇ ਸਰੀਰ ਵਿੱਚ ਜੋ ਕੁਝ ਹੈ ਉਹ ਸਾਰਾ ਉਹਦੇ ਵਿੱਚ ਤੁਹਾਨੂੰ ਮਿਲੇਗਾ, ਇੱਕ ਵੀ ਅੰਗ ਘੱਟ ਨਹੀਂ ਹੋਵੇਗਾ। ਇਹ ਨਹੀਂ ਹੋ ਸਕਦਾ ਵੀ ਬਾਪ ਦੀਆਂ 5 ਉਂਗਲਾਂ ਸਨ ਅਤੇ ਉਹਦੀਆਂ 4 ਨੇ, ਬਾਪ ਦੀਆਂ 2 ਲੱਤਾਂ ਸਨ ਉਹਦੀ 1 ਹੈ। ਕਿਤੇ ਕਿਤੇ ਵਾਪਰ ਜਾਓ ਬਹੁਤ ਕਰੋੜਾਂ ਅਰਬਾਂ ਵਿੱਚੋਂ 1, ਉਹਦੀ ਨਹੀਂ ਮੈਂ ਗੱਲ ਕਰ ਰਿਹਾ। ਜੋ ਕੁਝ ਬਾਪ ਦਾ ਤਨ ਉਹਦੀ ਬਾਡੀ ਹੈ, ਬੱਚੇ ਦਾ ਉਹ ਹੀ ਹੈ ਸਭ ਕੁਝ। ਪਰ ਉਹਨਾਂ ਵਿੱਚ ਇੱਕ ਚੀਜ਼ ਵਿੱਚ ਬੜਾ ਭਾਰਾ ਅੰਤਰ ਹੈ, ਬੱਚੇ ਦੇ ਸਰੀਰ ਦੀਆਂ ਨਾੜੀਆਂ ਸਾਰੀਆਂ ਉਹ ਜਿਹੜੀਆਂ ਉਹਦੇ ਬਾਪ ਦੀਆਂ ਨੇ, ਹੱਡੀਆਂ ਉਸੇ ਤਰ੍ਹਾਂ ਦੀਆਂ, ਅੰਗ ਸਾਰੇ ਉਹ, ਪਰ ਇੱਕ ਬਹੁਤ ਭਾਰਾ ਅੰਤਰ ਹੈ, ਉਹ ਅੰਤਰ ਹੈ ਸ਼ਕਤੀ ਦਾ, ਤਾਕਤ ਦਾ ਫਰਕ ਹੈ। ਬਾਪ ਤੁਰ ਫਿਰ ਸਕਦਾ, ਭਾਰ ਚੁੱਕ ਸਕਦਾ, ਬੱਚਾ ਤੁਰ ਨਹੀਂ ਸਕਦਾ। ਹੁਣ ਜਿਉਂ ਜਿਉਂ ਉਹਦੀ ਉਮਰ ਵਧੇਗੀ ਅਤੇ ਉਹਦੇ ਸਰੀਰ ਨੂੰ ਖੁਰਾਕ ਮਿਲੇਗੀ, ਇੱਕ ਦਿਨ ਉਹ ਬੱਚਾ ਜਦੋਂ ਬਾਪ ਦੀ ਉਮਰ ਵਿੱਚ ਆਏਗਾ ਉਨਾ ਹੀ ਸ਼ਕਤੀਸ਼ਾਲੀ ਹੋ ਜਾਏਗਾ। ਇਸੇ ਤਰ੍ਹਾਂ ਜਿਹੜਾ ਸਾਡਾ ਅੰਦਰਲਾ ਹਿੱਸਾ ਪਰਮਾਤਮਾ ਤੋਂ ਜਨਮਿਆ, ਕਹੋ ਕਬੀਰ ਇਹ ਰਾਮ ਕੀ ਅੰਸ, ਉਹਦੇ ਵਿੱਚ ਓਨੀ ਹੀ ਤਾਕਤ ਹੈ ਜਿੰਨੀ ਪਰਮਾਤਮਾ ਵਿੱਚ, ਓਨੇ ਹੀ ਅੰਗ ਨੇ ਉਹਦੇ ਜਿੰਨੇ ਪਰਮਾਤਮਾ ਦੇ ਅੰਗ ਨੇ। ਪਰ ਅਸੀਂ ਉਹਨੂੰ ਜਦੋਂ ਨਾਮ ਦੀ ਖੁਰਾਕ ਤੋਂ ਵਾਂਝਾ ਕਰ ਦਿੰਦੇ ਹਾਂ ਤਾਂ ਉਹ ਜਿਵੇਂ ਦਾ ਜਨਮਿਆ ਸੀ, ਪਿੰਗਲਾ ਜਿਹਾ ਉੱਥੇ ਪਿਆ ਹੋਇਆ, ਉਹਦੇ ਪੱਲੇ ਕੱਖ ਵੀ ਨਹੀਂ, ਉੱਥੇ ਰੋਈ ਜਾਂਦਾ ਬਹਿ ਕੇ, ਅੰਦਰਲਾ ਹਿੱਸਾ ਭਿਖਾਰੀ ਬਣ ਗਿਆ। ਜਿਵੇਂ ਬੱਚੇ ਨੂੰ ਖੁਰਾਕ ਨਾ ਮਿਲੇ ਤਾਂ ਉੱਥੇ ਪਿਆਰ ਹੋਵੇ, ਵਧੇ ਹੀ ਨਾ। ਪਾਇਆ ਉਹਨੇ ਸਾਡੇ ਵਿੱਚ ਸਾਰਾ ਕੁਝ ਸੀ, ਤਾਂ ਹੀ ਗੁਰੂ ਸਾਹਿਬ ਨੇ ਕਿਹਾ ਸਭ ਕੁਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੈ ਸੋ ਭਰਮ ਭੁਲਾਹੀ। ਗੁਰਪ੍ਰਸਾਦੀ ਇੱਥੇ ਖਿਆਲ ਰੱਖਣਾ, ਵਾਰ ਵਾਰ ਗੁਰੂ ਸਾਹਿਬ ਕਹਿਣਗੇ ਗੁਰਪ੍ਰਸਾਦੀ, ਤੈਨੂੰ ਵਿੱਚ ਗੁਰੂ ਸ਼ਬਦ ਚਾਹੀਦਾ, ਗੁਰੂ ਚਾਹੀਦਾ, ਤਾਂ ਤੇਰਾ ਕੁਨੈਕਸ਼ਨ ਉਸ ਤੇਰੀ ਅਸੀਮ ਸ਼ਕਤੀ ਨਾਲ ਹੋਏਗਾ। ਅਤੇ ਫਿਰ ਉਹਦੇ ਵਿੱਚੋਂ ਹੀ ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਸੀ ਭਾਈ ਬਚਿੱਤਰ ਸਿੰਘ,
ਤੇਰੇ ਵਿੱਚ ਇੱਕ ਹਾਥੀ ਨਾਲ ਨਹੀਂ 1.25 ਲੱਖ ਬੰਦੇ ਨਾਲ ਲੜਨ ਜਿੰਨੀ ਸ਼ਕਤੀ ਜਗਾ ਦਿੱਤਾ ਗੁਰੂ ਸਾਹਿਬ ਨੇ, ਕਨੈਕਸ਼ਨ ਕਰ ਦਿੱਤਾ। ਐਵੇਂ ਨਹੀਂ ਸੰਸਾਰ ਸੰਗਤ 40 ਭੁੱਖੇ ਪਾਣੀ ਸਰੀਰ 10 ਲੱਖ ਦੇ ਸਾਹਮਣੇ ਜਕਾਰੇ ਐਵੇਂ ਨਹੀਂ ਸਨ ਬੁਲਾ ਰਹੇ। ਉਹ ਇਕੱਲੀ ਕੋਈ ਕਲਪਨਾ ਨਹੀਂ ਸੀ, ਕੋਈ ਉਹਨਾਂ ਨੂੰ ਨਸ਼ਾ ਖਵਾ ਕੇ ਇਮੋਸ਼ਨਲ ਨਹੀਂ ਸੀ ਕੀਤਾ ਗਿਆ। ਉਹਨਾਂ ਦੀ ਉਸ ਅਸੀਮ ਸ਼ਕਤੀ ਨੂੰ ਜਿਹੜੀ ਉਹਨਾਂ ਦੇ ਸਰੀਰਾਂ ਵਿੱਚ ਪਰਮਾਤਮਾ ਨੇ ਸਾਰਿਆਂ ਦੇ ਪਾਈ ਹੈ, ਪੂਰੇ ਗੁਰੂ ਨੇ ਕਲਗੀਆਂ ਵਾਲੇ ਨੇ ਕਨੈਕਸ਼ਨ ਕਰ ਦਿੱਤੇ, ਫਿਰ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਸੀ ਅੜਦਾ। ਇਹ ਉਹ ਲੋਕ ਤਾਂ ਇੱਥੇ ਕਹਿ ਰਹੇ ਨੇ ਤੂੰ ਆਪਣੇ ਆਪ ਨੂੰ ਗੁਰੂ ਦੁਆਰਾ ਸਮਝ, ਗੁਰਪ੍ਰਸਾਦ ਦੁਆਰਾ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਉਹਨਾਂ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਸਮਝ। ਗੁਰਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਫਿਰ ਉਹਦੀ ਸਾਰੀ ਤ੍ਰਿਸ਼ਨਾ ਖਤਮ ਹੋ ਗਈ। ਤ੍ਰਿਸ਼ਨਾ ਤਾਂ ਹੈ ਕਿਉਂਕਿ ਜੋ ਕੁਝ ਸਾਨੂੰ ਮਿਲਣਾ ਚਾਹੀਦਾ ਸੀ ਉਹ ਮਿਲਿਆ ਨਹੀਂ, ਇਸ ਕਰਕੇ ਭੁੱਖਾ ਜੀਵਨ ਹੈ। ਜਦੋਂ ਸਾਡੇ ਅੰਦਰੋਂ ਹੀ ਸਾਰਾ ਕੁਝ ਲੱਭ ਪਿਆ ਹੀਰਾ ਸਿੱਖੀ ਦਾ ਨਾਮ ਦਾ, ਤਾਂ ਉਹ ਤ੍ਰਿਸ਼ਨਾ ਸ਼ਾਂਤ ਹੋ ਗਈ। ਹਜ਼ੂਰ ਕਹਿੰਦੇ ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ। ਜਿਹੜੇ ਮਨੁੱਖ ਸਾਧ ਸੰਗਤ ਵਿੱਚ ਵਾਹਿਗੁਰੂ ਦਾ ਨਾਮ ਜਪਦੇ ਨੇ, ਕਹਿੰਦੇ ਨੇ, ਉਹ ਸਾਰੇ ਰੋਗਾਂ ਤੋਂ ਨਿਜਾਤ ਹਾਸਲ ਕਰ ਲੈਂਦੇ ਨੇ, ਰਹਿਤ ਹੋ ਜਾਂਦੇ ਨੇ। ਉਹ ਹਰ ਜਨ ਸਾਰੀ ਪ੍ਰਕਾਰ ਦੇ ਦੁੱਖਾਂ ਤੋਂ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਹਨ, ਰੋਗਾਂ ਤੋਂ ਮੁਕਤ ਹੋ ਜਾਂਦੇ ਹਨ। ਹਜ਼ੂਰ ਕਹਿੰਦੇ ਅੰਦਿਨ ਕੀਰਤਨ ਕੇਵਲ ਬਖਿਆਨ, ਗ੍ਰਹਿਸਥ ਮਹਿ ਸੋਈ ਨਿਰਵਾਣ। ਬੜੀ ਸੁੰਦਰ ਵਿਆਖਿਆ ਗੁਰੂ ਅਰਜਨ ਦੇਵ ਜੀ ਕਰ ਰਹੇ ਨੇ। ਅਸੀਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਗੁਰੂ ਸਾਹਿਬ ਨੇ ਕਿਹਾ ਵੀ ਸਿੱਖ ਗ੍ਰਹਿਸਥੀ ਹੈ, ਸਿੱਖ ਨੂੰ ਗ੍ਰਹਿਸਥੀ ਬਣਾਇਆ। ਬੜੀਆਂ ਵਿਆਖਿਆ ਅਸੀਂ ਆਪ ਹੀ ਸਿੱਖੀ ਦੀਆਂ ਕਰ ਦਿੱਤੀਆਂ, ਜੋ ਕੋਈ ਸਾਨੂੰ ਚੰਗਾ ਲੱਗਦਾ ਸੀ। ਸਿੱਖ ਗ੍ਰਹਿਸਥੀ ਹੈ, ਸਾਡੀ ਇਹ ਹਾਲਾਤ ਹੈ ਕਿ ਕਿਸੇ ਬੰਦੇ ਨੂੰ ਡਾਕਟਰ ਨੇ ਕਿਹਾ ਸੀ ਤੂੰ ਪਿਆਜ਼ ਨਾ ਖਾਈ, ਪਿਆਜ਼ ਨਾ ਖਾਈ, ਅਤੇ ਉਹ ਆਮ ਤੌਰ 'ਤੇ ਪੰਡਿਤ ਜੀ ਸਾਨੂੰ ਹਰੇ ਹਰੇ ਜਪਦੇ ਰਹਿੰਦੇ ਸਨ। ਹਰੇ ਹਰੇ, ਹਰੇ ਹਰੇ ਦਾ ਮਤਲਬ ਪਰਮਾਤਮਾ ਦਾ ਨਾਮ ਉਹ ਜਪਦੇ ਸਨ। ਉਹ ਕਿਸੇ ਥਾਂ 'ਤੇ ਪ੍ਰਸ਼ਾਦਾ ਵਰਤਾਇਆ ਜਾ ਰਿਹਾ ਸੀ, ਉਹ ਪੰਗਤ ਵਿੱਚ ਬੈਠੇ ਸਨ ਅਤੇ ਵਰਤਾਵੇ ਦੇ ਕੋਲ ਪਿਆਜ਼ ਸਨ, ਗੰਢੇ ਸਨ। ਜਦੋਂ ਵਰਤਾਣ ਆਇਆ ਨਾ, ਸਾਰਿਆਂ ਨੇ ਪਿਆਜ਼ ਗੰਢੇ ਲੈ ਲਏ, ਪਰ ਉਹ ਜਿਹੜਾ ਸੱਜਣ ਸੀ ਜਿਹੜਾ ਹਰੇ ਹਰੇ ਜਪਦਾ ਹੁੰਦਾ ਸੀ ਨਾ, ਉਹਨੂੰ ਹਕੀਮ ਨੇ ਕਿਹਾ ਸੀ ਤੂੰ ਪਿਆਜ਼ ਨਾ ਖਾਈ, ਤੇਰੇ ਲਈ ਠੀਕ ਨਹੀਂ ਸਿਹਤ ਵਾਸਤੇ। ਪਰ ਉਹਦਾ ਮਨ ਕਰੇ ਵੀ ਖਾਵਾਂ, ਅਤੇ ਹੁਣ ਕਵੇ ਕਿ ਲੋਕਾਂ ਨੂੰ ਵੀ ਦੱਸ ਬੈਠਾ ਸੀ ਮੈਂ ਗੰਢੇ ਨਹੀਂ ਖਾਂਦਾ, ਗੰਢੇ ਨਹੀਂ ਖਾਂਦਾ, ਪਿਆਜ਼ ਨਹੀਂ ਖਾਂਦਾ। ਪੰਡਿਤ ਜੀ ਸਨ, ਉਹ ਜਦੋਂ ਵਰਤਾਉਣ ਆ ਰਿਹਾ ਸੀ ਨਾ, ਅਤੇ ਵਰਤਾਉਣ ਵਾਲੇ ਨੇ ਕਿਹਾ ਜੀ ਪਿਆਜ਼ ਤੁਹਾਡੇ ਅੱਗੇ ਰੱਖਾਂ, ਕਹਿਣ ਲੱਗੇ ਹਰੇ ਹਰੇ, ਹਰੇ ਹਰੇ ਦਾ ਮਤਲਬ। ਉਹ ਅੱਗੇ ਲੰਘ ਗਿਆ ਵਰਤਾਉਣ ਵਾਲਾ, ਉਹਨੇ ਕਿਹਾ ਵੀ ਇਹ ਤਾਂ ਪਹਿਲਾਂ ਵੀ ਹਰੇ ਹਰੇ ਜਪਦੇ ਰਹਿੰਦੇ ਨੇ। ਉਹਨੇ ਬੁਲਾਇਆ ਕੋਲ, ਕਹਿਣ ਲੱਗਾ ਹਰੇ ਹਰੇ ਦਾ ਮਤਲਬ ਅੱਜ ਰੱਬ ਨਹੀਂ, ਅੱਜ ਹਰੇ ਹਰੇ ਦਾ ਮਤਲਬ ਇਹ ਹਰੇ ਹਰੇ ਪਿਆਜ਼ ਵਿੱਚੋਂ ਹਰੇ ਹਰੇ ਕੱਢ ਕੇ ਰੱਖ ਦੇ। ਜਿਹੜੀ ਚੀਜ਼ ਅਸਾਂ ਵਰਤਣੀ ਹੁੰਦੀ ਉਹਨੂੰ ਅਸੀਂ ਹਰੇ ਹਰੇ ਕਹਿ ਕੇ ਵਰਤ ਲੈਂਦੇ। ਜੋ ਕੁਝ ਅਸੀਂ ਆਪਣੇ ਗਿਆਨ ਗ੍ਰਿਸਤ ਦਾ ਜਿਹੜਾ ਵਿਆਖਿਆ ਅਸੀਂ ਕਰ ਦਿੱਤੀ, ਇਸ ਤਰ੍ਹਾਂ ਦਾ ਗ੍ਰਿਸਤੀ ਗੁਰੂ ਸਾਹਿਬ ਨੇ ਨਹੀਂ ਸੀ ਬਣਾਇਆ ਕਿ ਜੋ 24 ਘੰਟਿਆਂ ਦੇ ਵਿੱਚ 18 ਘੰਟੇ ਧਨ ਕਮਾਏ ਅਤੇ ਫਿਰ ਬਾਕੀ ਸਮਾਂ ਆਰਾਮ ਕਰੇ ਫਿਰ ਧਨ ਕਮਾਏ ਅਤੇ ਧਨ, ਇਸ ਤਰ੍ਹਾਂ ਦਾ ਗ੍ਰਿਸਤੀ ਨਹੀਂ ਸੀ ਬਣਾਇਆ। ਗੁਰੂ ਸਾਹਿਬ ਨੇ ਕਿਹਾ ਸੀ ਨਿਰਵਾਣ ਗ੍ਰਿਸਤ ਦੇ ਵਿੱਚ ਰਹਿੰਦਾ ਹੋਇਆ, ਗ੍ਰਿਸਤ ਉਹਨਾਂ ਕੋ ਕੰਮ ਕਰੇ ਜਿੰਨਾ ਗੁਜ਼ਾਰਾ ਉਹਦੀ ਲੋੜ ਹੈ। ਕਿਹੜੇ ਲੋਕ ਗ੍ਰਿਸਤ ਵਿੱਚ ਨਿਰਵਾਣ ਨੇ? ਜਿਹੜੇ ਅੰਦਿਨ ਕੀਰਤਨ, ਜਿਹੜੇ ਦਿਨ ਰਾਤ ਵਾਹਿਗੁਰੂ ਦੀ ਉਸਤਤ ਆਪਣੇ ਮਨ ਵਿੱਚ ਬਖਿਆਨ ਕਰਦੇ ਰਹਿੰਦੇ, ਬੋਲਦੇ ਰਹਿੰਦੇ, ਉਹ ਗ੍ਰਿਸਤੀ ਨਿਰਵਾਣ ਭਾਵ ਉੱਚੀ ਦਸ਼ਾ ਨੂੰ ਪ੍ਰਾਪਤ ਕਰ ਲੈਂਦੇ ਹਨ। ਸਾਹਿਬ ਕਹਿੰਦੇ ਇੱਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਆ ਜਮ ਕੀ ਫਾਸਾ। ਜਿਸ ਮਨੁੱਖ ਦੀ ਆਸ ਅਤੇ ਇੱਛਾ ਸ਼ਕਤੀ ਇੱਕ 'ਤੇ ਆ ਕੇ ਰੁਕ ਜਾਂਦੀ, ਇੰਨਾ ਦ੍ਰਿੜ ਹੋ ਜਾਂਦਾ, ਇੰਨਾ ਵਿਸ਼ਵਾਸ ਉਹਦੇ ਵਿੱਚ ਸੰਘਣਾ ਹੋ ਜਾਂਦਾ, ਉਹਦੀ ਜਮ੍ਹਾਂ ਦੀ ਫਾਹੀ ਕੱਟੀ ਜਾਂਦੀ, ਭਾਵ ਮੌਤ ਤੋਂ ਪਾਰ ਚਲਾ ਜਾਂਦਾ। ਪਾਰ ਬ੍ਰਹਮ ਕੀ ਜਿਸ ਮਨ ਭੂਖ,
ਨਾਨਕ ਤਿਸਹਿ ਨਾ ਲਾਗੈ ਦੁਖ। ਜਿਸ ਮਨੁੱਖ ਦੇ ਮਨ ਵਿੱਚ ਵਾਹਿਗੁਰੂ ਦੇ ਨਾਮ ਦੀ ਭੁੱਖ ਲੱਗ ਜਾਏ ਫਿਰ ਉਹਨੂੰ ਸੰਸਾਰ ਦੇ ਦੁੱਖ ਨਹੀਂ ਲੱਗਦੇ। ਗੁਰੂ ਸਾਹਿਬ ਕਹਿੰਦੇ ਪਾਰ ਬ੍ਰਹਮ ਕੀ ਜਿਸ ਮਨ ਭੁੱਖ, ਨਾਨਕ ਤਿਸਹਿ ਨਾ ਲਾਗੈ ਦੁਖ। ਭੁੱਖ ਲੱਗਣੀ ਦੁੱਖਾਂ ਦੀ ਨਾਸ਼ ਖਤਮ ਕਰਨ ਵਾਲੀ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੀਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।